ਕਰੋ ਪਿਤ ਰੱਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਸੱਚੈ ਸੱਚਾ ਤਖਤ ਰਚਾਇਆ, ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ 1050 ਦੇ ਉੱਪਰ ਇਹ ਬਾਣੀ ਸੁਭਾਏਮਾਨ ਹੈ। ਸਹਿਜ ਪਾਠ ਆਰੰਭ ਹੋ ਰਿਹਾ ਹੈ। ਮਾਰੂ ਰਾਗ ਚੱਲ ਰਿਹਾ ਹੈ। ਮਾਰੂ ਸੋਹਲ ਇਹ ਤੀਸਰੇ ਪਾਤਸ਼ਾਹ ਦੇ ਮੁਖ ਤੋਂ ਪ੍ਰਗਟ ਹੋ ਰਹੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਦੇ ਹਨ। ਸੱਚਾ ਸੱਚਾ ਤਖਤ ਰਚਾਇਆ, ਮਹਾਰਾਜ ਸਾਹਿਬ ਕਹਿੰਦੇ ਸੱਚੇ ਪਰਮੇਸ਼ਰ ਨੇ ਇਹ ਸਵੈ ਸਰੂਪ ਰੂਪੀ ਜੋ ਤਖਤ ਹੈ ਆਪਣਾ ਨਿਜ ਘਰ ਨਿਜ ਆਸਣ ਰਚਾਉਣਾ ਕੀਤਾ ਹੈ। ਨਿਜ ਘਰ ਵਸਿਆ ਤਿੱਥੈ ਮੋਹ ਨਾ ਮਾਇਆ, ਮੋਹ ਨਾ ਮਾਇਆ ਨਿਜ ਘਰ ਵਸਿਆ। ਤੇ ਉਹ ਪਰਮੇਸ਼ਰ ਮਹਾਰਾਜ ਕਹਿੰਦੇ ਵੀ ਆਪਣੇ ਨਿਜ ਸਵੈ ਸਰੂਪ ਰੂਪੀ ਘਰ ਦੇ ਵਿੱਚ ਵਸ ਰਿਹਾ ਹੈ। ਜਿੱਥੇ ਮੋਹ ਨਾ ਮਾਇਆ ਉੱਥੇ ਮਾਇਆ ਦਾ ਮੋਹ ਨਹੀਂ ਹੈ, ਉੱਥੇ ਮਾਇਆ ਦੇ ਮੋਹ ਦਾ ਪ੍ਰਭਾਵ ਨਹੀਂ ਹੈ। ਤੇ ਦੂਸਰਾ ਭਾਵ ਫਿਰ ਸ਼ੁਰੂ ਤੋਂ ਪੜ੍ਹਦੇ ਹੋ। ਸੱਚਾ ਸੱਚਾ ਤਖਤ ਰਚਾਇਆ, ਮਹਾਰਾਜ ਕਹਿੰਦੇ ਜੋ ਸੱਚ ਸਰੂਪ ਪਰਮੇਸ਼ਰ ਹੈ ਉਹਨੇ ਸੱਤ ਸੰਗਤ ਰੂਪੀ ਤਖਤ ਰਚਾਉਣਾ ਕੀਤਾ, ਸਾਜਣਾ ਕੀਤਾ ਹੈ। ਨਿਜ ਘਰ ਵਸਿਆ ਤਿੱਥੈ ਮੋਹ ਨਾ ਮਾਇਆ, ਤੇ ਉਸ ਸੱਤ ਸੰਗਤ ਦੁਆਰਾ ਜਿਹੜਾ ਗੁਰਮੁਖ ਆਪਣੇ ਨਿਜ ਘਰ ਵਸਿਆ ਆਪਣੇ ਨਿਜ ਸਵੈ ਸਰੂਪ ਰੂਪੀ ਘਰ ਵਿੱਚ ਵਸ ਗਿਆ ਨਾ, ਭਾਵ ਅੰਤਰਮੁਖ ਬਿਰਤੀ ਕਰਕੇ ਜਿਹੜਾ ਟਿਕ ਰਿਹਾ ਹੈ, ਤਿੱਥੈ ਮੋਹ ਨਾ ਮਾਇਆ ਉੱਥੇ ਉਸ ਟਿਕੇ ਹੋਏ ਨੂੰ ਆਪਣੇ ਸਰੂਪ ਦੇ ਵਿੱਚ ਸੰਗਤ ਦੁਆਰਾ ਮਾਇਆ ਦਾ ਮੋਹ ਨਹੀਂ ਹੈ, ਉੱਤੇ ਪ੍ਰਭਾਵ ਕਾ ਹੀ ਨਹੀਂ ਰਹਿੰਦਾ। ਸਦ ਹੀ ਸਾਚ ਵਸਿਆ ਘਟ ਅੰਤਰ, ਸਦ ਹੀ ਸਾਚ ਵਸਿਆ ਘਟ ਅੰਤਰ, ਉਹਨਾਂ ਦੇ ਘਟ ਹਿਰਦੇ ਦੇ ਅੰਤਰ ਵਿੱਚ ਹਮੇਸ਼ਾ ਹੀ ਸੱਚਾ ਪ੍ਰਭੂ ਪਰਮੇਸ਼ਰ ਵਸਦਾ ਰਹਿੰਦਾ ਹੈ। ਗੁਰਮੁਖ ਕਰਨੀ ਸਾਰੀ ਹੈ, ਕਿਹਨਾਂ ਦੇ ਅੰਦਰ ਵਸਦਾ? ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹਨਾਂ ਗੁਰਮੁਖਾਂ ਦੇ ਗੁਰੂ ਸਾਹਿਬ ਦੁਆਰਾ ਭਗਤੀ ਕਰਨੀ ਸਿਮਰਨ ਕਰਨ ਰੂਪੀ ਜੋ ਕਰਨੀ ਕਮਾਈ ਹੈ ਸਾਰੀ ਸ੍ਰੇਸ਼ਟ ਹੋਈ ਹੈ, ਭਾਵ ਜੋ ਭਗਤੀ ਸਿਮਰਨ ਕਰਨ ਰੂਪੀ ਸ੍ਰੇਸ਼ਟ ਕਰਨੀ ਕਰਦੇ ਹਨ ਉਹਨਾਂ ਦੇ ਹਿਰਦੇ 'ਚ ਪਰਮੇਸ਼ਰ ਵਸਿਆ ਰਹਿੰਦਾ ਹੈ। ਸੱਚਾ ਸੌਦਾ ਸੱਚ ਵਾਪਾਰਾ, ਸੱਚਾ ਸੌਦਾ ਇਹ ਗੁਰਮੁਖ ਜਨ ਜਿਹੜੇ ਨੇ ਉਹ ਸੱਚੇ ਨਾਮ ਦਾ ਹੀ ਸੌਦਾ ਖਰੀਦਦੇ ਨੇ। ਸੱਚ ਵਾਪਾਰਾ ਅਤੇ ਫਿਰ ਮਹਾਰਾਜ ਸਾਹਿਬ ਕਹਿੰਦੇ ਸੱਚੇ ਨਾਮ ਦਾ ਆਪ ਜਪਣਾ ਅਤੇ ਹੋਰਾਂ ਨੂੰ ਜਪਾਉਣਾ ਇਹ ਵਪਾਰ ਵਣਜ ਕਰਦੇ ਹਨ। ਨਾ ਤਿੱਥੈ ਭਰਮ ਨਾ ਦੂਜਾ ਪਸਾਰਾ, ਉੱਥੇ ਨਿਜ ਸਰੂਪ ਵਿੱਚ ਜਦੋਂ ਵਸਦੇ ਨੇ ਨਾਮ ਜਪਦੇ ਹਾਂ ਜਾਂ ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਜਿਹੜੇ ਸੱਚ ਦਾ ਹੀ ਸੌਦਾ ਖਰੀਦਦੇ ਸੱਚ ਦਾ ਹੀ ਵਪਾਰ ਕਰਦੇ ਨੇ, ਨਾ ਤਿੱਥੈ ਭਰਮ ਉੱਥੇ ਭਰਮ ਨਹੀਂ ਹੈ, ਨਾ ਦੂਜਾ ਪਸਾਰਾ ਅਤੇ ਨਾ ਹੀ ਦਵੈਤ ਭਾਵ ਦਾ ਪਸਾਰਾ ਹੈ, ਭਾਵ ਕਿ ਦੂਜੀ ਮਾਇਆ ਦੀ ਪ੍ਰਤੀਤ ਹੁੰਦੀ, ਸਾਰੇ ਪਰਮੇਸ਼ਰ ਹੀ ਦਿਖਦਾ ਹੈ।
ਸੱਚਾ ਧਨ ਖੱਟਿਆ ਕਦੀ ਟੂਟ ਨਾ ਆਵੇ। ਸਾਧ ਸੰਗਤ ਜਿਨ੍ਹਾਂ ਗੁਰਮੁਖਾਂ ਨੇ ਸੱਚਾ ਜੋ ਸਦਾ ਰਹਿਣ ਵਾਲਾ ਪਰਮੇਸ਼ੁਰ ਦਾ ਨਾਮ ਰੂਪੀ ਧਨ ਖੱਟਿਆ ਕਮਾਇਆ ਹੈ, ਜਿਨ੍ਹਾਂ ਨੇ ਨਾਮ ਦੀ ਦੌਲਤ ਨੂੰ ਇਕੱਠਿਆਂ ਕੀਤਾ ਹੈ, ਕਦੇ ਤੋਟ ਨਾ ਆਵੇ। ਜਿਸ ਨਾਮ ਰੂਪੀ ਧਨ ਦੇ ਵਿੱਚ ਵੀ ਕਦੇ ਤੋਟਾ ਘਾਟਾ ਨਹੀਂ ਆਉਂਦਾ, ਮੁੱਕਦਾ ਨਹੀਂ ਹੈ, ਜਾਂ ਜਿਨ੍ਹਾਂ ਨੇ ਨਾਮ ਰੂਪੀ ਧਨ ਕਮਾਇਆ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿ ਜਾਂਦੀ, ਕੋਈ ਘਾਟਾ ਨਹੀਂ ਪੈਂਦਾ। ਬੁਝੈ ਕੋ ਵਿਚਾਰੀ ਹੈ, ਪਰ ਇਹ ਨਾਮ ਰੂਪੀ ਧਨ ਜਿਹੜਾ ਹੈ ਇਹਦੇ ਬਾਰੇ ਕੋਈ ਵਿਚਾਰ ਬਾਣੀ ਗੁਰਾਂ ਦੁਆਰਾ ਬੁੱਝਦਾ ਸਮਝਦਾ ਹੈ, ਨਹੀਂ ਤਾਂ ਇਹ ਅਮੋਲਕ ਜੋ ਪਰਮੇਸ਼ੁਰ ਦਾ ਨਾਮ ਰੂਪੀ ਧਨ ਹੈ ਇਹ ਕਿਸੇ ਦੇ ਪਕੜ 'ਚ ਨਹੀਂ ਆਉਂਦਾ, ਕੋਈ ਵਿਰਲਾ ਵਿਚਾਰਵਾਨ ਇਸ ਗੱਲ ਨੂੰ ਸਮਝਦਾ ਹੈ। ਸੱਚੈ ਲਾਏ ਸੀ ਜਨ ਲਾਗੇ, ਜਿਹੜੇ ਸਾਧ ਸੰਗਤ ਜੀ ਸੱਚੇ ਸੱਚੈ ਲਾਏ ਸੱਚ ਸਰੂਪ ਪਰਮੇਸ਼ੁਰ ਨੇ ਨਾਮ ਜਪਣ ਦੇ ਵਿੱਚ ਲਾਉਣਾ ਕੀਤੇ ਨੇ ਨਾ ਵੀ ਤੁਸੀਂ ਨਾਮ ਜਪੋ, ਸੇ ਜਨ ਲਾਗੇ ਉਹੀ ਜਨ ਪੁਰਖ ਨਾਮ ਜਪਣ ਨਾਮ ਦਾ ਵਪਾਰ ਕਰਨ ਵਿੱਚ ਲੱਗਦੇ ਨੇ, ਲੱਗੇ ਹੋਏ ਹਨ। ਅੰਤਰ ਸ਼ਬਦ ਮਸਤਕ ਵੱਡ ਭਾਗੇ, ਉਹਨਾਂ ਦੇ ਅੰਦਰ ਮਹਾਰਾਜ ਸਾਹਿਬ ਜੀ ਕਹਿੰਦੇ ਹਿਰਦੇ ਦੇ ਵਿੱਚ ਸ਼ਬਦ ਵੱਸ ਰਿਹਾ ਹੈ, ਗੁਰਾਂ ਦਾ ਉਪਦੇਸ਼ ਵੱਸ ਰਿਹਾ ਹੈ, ਸ਼ਬਦ ਬ੍ਰਹਮ ਪਰਮੇਸ਼ੁਰ ਦੀ ਵਡਿਆਈ ਵੱਸ ਰਹੀ ਹੈ, ਸ਼ਬਦ ਪਰਮੇਸ਼ੁਰ ਆਪ ਵੱਸ ਰਿਹਾ ਹੈ। ਮਸਤਕ ਵੱਡ ਭਾਗੇ, ਉਹਨਾਂ ਦੇ ਮੱਥੇ ਦੇ ਉੱਪਰ ਵੀ ਵੱਡੇ ਭਾਗ ਲਿਖੇ ਹੋਏ ਹਨ। ਸੱਚੈ ਸ਼ਬਦ ਸਦਾ ਗੁਣ ਗਾਵਹਿ, ਗੁਰਮੁਖ ਜਨ ਕੀ ਕਰਦੇ ਵੀ ਸੱਚੈ ਸ਼ਬਦ ਸੱਚੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੇ ਦੁਆਰਾ ਮਹਾਰਾਜ ਦੀ ਬਾਣੀ ਦੀ ਸਿੱਖਿਆ ਨੂੰ ਮੰਨ ਕੇ ਸਦਾ ਗੁਣ ਗਾਵਹਿ, ਹਮੇਸ਼ਾ ਹੀ ਜਿੰਨਾ ਚਿਰ ਜੀਵਨ ਕਾਲ ਦੇ ਵਿੱਚ ਰਹਿੰਦੇ ਨੇ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਂਦੇ ਨੇ, ਕਿਰਤਕਾਰ ਕਰਦੇ ਹਾਂ ਵਾਹਿਗੁਰੂ ਦੇ ਗੁਣ, ਭੋਜਨ ਛਕਣਾ ਤਾਂ ਪਰਮੇਸ਼ੁਰ ਦੇ ਗੁਣ, ਕਿਧਰੇ ਆਉਣਾ ਕਿਧਰੇ ਜਾਣਾ ਹਰ ਇੱਕ ਗੱਲੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਸ਼ਬਦ ਰਤੇ ਵਿਚਾਰੀ ਹੈ, ਉਹ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਰੂਪ ਦੇ ਵਿਚਾਰੀ ਹਨ ਅਤੇ ਉਸ ਵਾਹਿਗੁਰੂ ਦੇ ਸਰੂਪ ਦੀ ਵਿਚਾਰ ਵਿੱਚ ਹੀ ਰੱਤੇ ਰੰਗੇ ਹੋਏ ਰਹਿੰਦੇ ਨੇ, ਜਾਂ ਸ਼ਬਦ ਰਤੇ ਵਿਚਾਰੀ ਹੈ ਉਹ ਜਿਹੜੇ ਵਿਚਾਰਵਾਨ ਹਨ ਗੁਰਮੁਖ ਉਹ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰੰਗੇ ਹੋਏ ਮਿਲੇ ਹੋਏ ਰਹਿੰਦੇ ਹਨ, ਭਾਵ ਹੈ ਵੀ ਉਹਨਾਂ ਦੇ ਜੀਵਨ 'ਚੋਂ ਗੁਰਬਾਣੀ ਦਾ ਪ੍ਰਭਾਵ ਪੈਂਦਾ, ਉਹਨਾਂ ਦੀ ਗੱਲਬਾਤ ਗੁਰਬਾਣੀ ਨਾਲ ਸੰਬੰਧਿਤ, ਹਰ ਪ੍ਰਕਾਰ ਨਾਲ ਬਹਿਣਾ ਉੱਠਣਾ ਗੁਰਮਤ ਅਨੁਸਾਰ, ਇਵੇਂ ਉਹ ਵਿਚਾਰਵਾਨ ਗੁਰ ਸ਼ਬਦ ਵਿੱਚ ਹੀ ਰੰਗੇ ਰਹਿੰਦੇ ਹਨ। ਸੱਚੋ ਸੱਚਾ ਸੱਚ ਸਾ ਲਾਹੀ, ਸਾਧ ਸੰਗਤ ਸੱਚੋ ਸੱਚਾ ਜਿਹੜਾ ਸੱਚੋ ਤੋਂ ਭਾਵ ਹੈ ਪਰਮੇਸ਼ੁਰ, ਗੁਰਮੁਖ ਜਨ ਕੀ ਕਰਦੇ ਵੀ ਸੱਚੇ ਪ੍ਰਭੂ ਪਰਮੇਸ਼ੁਰ ਦਾ ਸੱਚਾ ਸੱਚਾ ਜਿਹੜਾ ਜਸ ਹੈ ਨਾ ਸੱਚ ਕੀ ਹੈ ਨਿਸ਼ਚੇ ਕਰਕੇ ਸਾ ਲਾਹੀ, ਵੀ ਉਹ ਸੱਚੇ ਪ੍ਰਭੂ ਦਾ ਸੱਚ ਨੀਚੇ ਕਰਕੇ ਜਿਹੜਾ ਜਸ ਹੈ ਉਹ ਸਲਾਉਂਦੇ ਨੇ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ। ਤਿੰਨ ਵਾਰਾਂ ਸੱਚ ਆ ਗਿਆ, ਸੱਚੋ ਸੱਚਾ ਸੱਚ ਤਿੰਨ ਹੋ ਗਏ, ਵੀ ਉਹ ਮਨ ਕਰਕੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਸੱਚੇ ਨੂੰ ਯਾਦ ਕਰਦੇ ਹੈ, ਬਾਣੀ ਕਰਕੇ ਵੀ ਸੱਚੇ ਨੂੰ ਸਲਾਉਂਦੇ ਹੈ, ਸਰੀਰ ਕਰਕੇ ਵੀ ਸੱਚੇ ਦੀ ਸਿਫਤ ਕਰਦੇ ਹਨ, ਜਾਂ ਤਿੰਨ ਤੋਂ ਭਾਵ ਤਿੰਨੇ ਕਾਲ ਲੈ ਲੈਣੇ,
ਵੀ ਜਿਹੜੇ ਗੁਰਮੁਖ ਜਨ ਹਨ ਉਹ ਤਿੰਨਾਂ ਕਾਲਾਂ ਦੇ ਵਿੱਚ ਹੀ ਸੱਚ ਸਰੂਪ ਜਾਣ ਕੇ ਪਰਮੇਸ਼ੁਰ ਨੂੰ ਹੀ ਸਲਾਉਂਦੇ ਹਨ। ਇੱਕੋ ਵੇਖਾ ਦੂਜਾ ਨਹੀਂ, ਉਹ ਇੱਕੋ ਅਦਵੈਤ ਸਰੂਪ ਪਰਮੇਸ਼ੁਰ ਨੂੰ ਹੀ ਵੇਖਾ ਵੇਖਦੇ ਨੇ, ਉਹਨਾਂ ਇੱਕੋ ਹੀ ਵੇਖਿਆ ਸਾਰਿਆਂ 'ਚ, ਦੂਜਾ ਹੋਰ ਕੋਈ ਹੈ ਹੀ ਨਹੀਂ ਪਰਮੇਸ਼ੁਰ ਤੋਂ ਬਗੈਰ, ਉਸ ਵਾਹਿਗੁਰੂ ਤੋਂ ਬਿਨਾਂ ਉਹਦੇ ਵਰਗਾ ਹੋਰ ਕਿਸੇ ਨੂੰ ਨਹੀਂ ਜਾਣਦੇ। ਗੁਰਮਤਿ ਉੱਚੋ ਉੱਚੀ ਪੌੜੀ, ਜੋ ਗੁਰਾਂ ਦੀ ਮਤ ਸਿੱਖਿਆ ਹੈ, ਇਹ ਗੁਰੂ ਦੀ ਸਿੱਖਿਆ ਰੂਪੀ ਜੋ ਪੌੜੀ ਹੈ ਨਾ, ਇਹ ਮਹਾਰਾਜ ਕਹਿੰਦੇ ਵੀ ਉੱਚੋ ਉੱਚੇ ਜਿਹੜੇ ਸਾਧਨ ਨੇ ਉੱਚੀ, ਉਹਨਾਂ ਸਾਧਨਾਂ ਦੇ ਨਾਲੋਂ ਵੀ ਉੱਚੀ ਹੈ ਪੌੜੀ। ਦਾ ਤਾਂ ਦਸਤਾਨ ਦਿੱਤਾ ਵੀ ਪੌੜੀ ਜਿਹੜੀ ਹੈ ਮੰਜ਼ਿਲ 'ਤੇ ਉੱਪਰ ਨੂੰ ਉੱਚਾਈ ਵਾਲੇ ਪਾਸੇ ਨੂੰ ਪਹੁੰਚਾਉਂਦੀ ਹੈ, ਪੌੜੀ ਦੇ ਨਾਲ ਉੱਪਰ ਪਹੁੰਚ ਜਾਈਦਾ ਹੈ। ਤੇਵੇਂ ਗੁਰੂ ਦੀ ਜੋ ਮਤ, ਗੁਰੂ ਦੀ ਸਿੱਖਿਆ ਰੂਪੀ ਪੌੜੀ ਹੈ, ਇਹ ਉੱਚਿਆਂ ਤੋਂ ਵੀ ਉੱਚੀ ਹੈ। ਜਿਹੜੇ ਜੀਵੇ ਦੇ ਵਿੱਚ ਲੱਗਦੇ ਹਨ ਉਹਨਾਂ ਨੂੰ ਉੱਚੀਆਂ ਪਹੁੰਚਾ ਦਿੰਦੀ ਹੈ ਸਿੱਖਿਆ ਮਹਾਰਾਜ ਦੀ। ਗਿਆਨ ਰਤਨ ਹਉਮੈ ਮਾਰੀ, ਉੱਚਿਆਂ ਨਾਲੋਂ ਉੱਚੀ ਗੁਰੂ ਦੀ ਮਤ ਸਾਧ ਸੰਗਤ ਤਾਂ ਕਹੀ ਹੈ ਵੀ ਬਹੁਤ ਪ੍ਰਕਾਰ ਦੀਆਂ ਮਤਾਂ ਨੇ, ਦੁਨੀਆਂ ਦੀਆਂ ਮਤਾਂ ਨੇ, ਕਈ ਤਰ੍ਹਾਂ ਦੇ ਸਾਧਨ ਹਨ, ਪਰ ਉਹਨਾਂ ਸਾਰਿਆਂ ਦੇ ਨਾਲੋਂ ਮਹਾਰਾਜ ਸਾਹਿਬ ਜੀ ਦੀ ਜਿਹੜੀ ਸਿੱਖਿਆ ਹੈ ਇਹ ਉੱਤਮ ਸ੍ਰੇਸ਼ਟ ਹੈ, ਜੋ ਪਰਮੇਸ਼ਰ ਦੇ ਨਾਲ ਮਿਲਣ ਵਾਲੀ ਹੈ। ਮਾਇਆ ਗਿਆਨ ਰਤਨ, ਗਿਆਨ ਰਤਨ ਹਉਮੈ ਮਾਰੀ ਹੈ। ਤੇ ਜਿਹੜਾ ਉਸ ਪੌੜੀ ਦੇ ਉੱਤੇ ਚੜ੍ਹ ਗਿਆ ਨਾ, ਭਾਵ ਜਿਹਨੇ ਗੁਰਾਂ ਦੀ ਸਿੱਖਿਆ ਧਾਰਨ ਕੀਤੀ, ਗਿਆਨ ਰਤਨ ਹਉਮੈ ਮਾਰੀ ਹੈ, ਉਹਨੇ ਮਹਾਰਾਜ ਕਹਿੰਦੇ ਵੀ ਪੌੜੀ ਦੇ ਚੜ੍ਹਨੇ ਕਰਕੇ ਗੁਰੂ ਦੀ ਸਿੱਖਿਆ ਨੇ ਉਹਨਾਂ ਦੇ ਅੰਦਰੋਂ ਹੰਗਤਾ ਮਮਤਾ ਮਾਰ ਦਿੱਤੀ, ਨਿਵਿਰਤ ਕਰ ਦਿੱਤੀ ਹੈ, ਅਤੇ ਗਿਆਨ ਰਤਨ ਉਹਨਾਂ ਨੂੰ ਗਿਆਨ ਰੂਪੀ ਰਤਨ ਮਾਣਕ ਦੀ ਪ੍ਰਾਪਤੀ ਹੋਈ ਹੈ, ਭਾਵ ਗਿਆਨ ਦਾ ਚਾਨਣ ਹੋ ਆਇਆ ਏ। ਮਾਇਆ ਮੋਹ ਸ਼ਬਦ ਜਲਾਇਆ, ਮਾਇਆ ਮੋਹ ਸ਼ਬਦ ਜਲਾਇਆ ਪਰਮੇਸ਼ੁਰ ਦੇ ਸਨਮੁਖ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਹੇ ਵਾਹਿਗੁਰੂ, ਜਿਸ ਨੇ ਮਾਇਆ ਦੇ ਮੋਹ ਨੂੰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜਲਾਇਆ ਸਾੜ ਦਿੱਤਾ ਏ। ਸੱਚ ਮਨ ਵਸਿਆ ਜਾ ਤੁਧ ਭਾਇਆ, ਜਦੋਂ ਮਹਾਰਾਜ ਤੁਧ ਤੈਨੂੰ ਭਾਇਆ ਚੰਗਾ ਲੱਗਾ ਨਾ ਉਹ ਕਮਾਈ ਕਰਦਾ ਹੋਇਆ, ਸੱਚ ਮਨ ਵਸਿਆ, ਤਦੋਂ ਤੇਰਾ ਜੋ ਸੱਚਾ ਨਾਮ ਹੈ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਵਸ ਗਿਆ। ਉਦੋਂ ਮਨ ਵਿੱਚ ਵਸ ਜਾਂਦਾ ਜਦੋਂ ਜੀਵ ਤੈਨੂੰ ਭਾ ਜਾਂਦਾ ਹੈ। ਸੱਚੇ ਕੀ ਸਭ ਸੱਚੀ ਕਰਨੀ, ਜੋ ਸੱਚਾ ਪਰਮੇਸ਼ਰ ਹੈ ਉਹਦੇ ਨਾਮ ਦੀ ਕਮਾਈ ਕਰਨ ਵਾਲੇ ਪੁਰਖ ਵੀ ਸੱਚੇ ਨੇ। ਸੱਚੇ ਕੀ ਸਭ ਸੱਚੀ ਕਰਨੀ, ਸੱਚੇ ਮਨੁੱਖ ਦੀ, ਭਾਵ ਕੇ ਨੇਕ ਜੀਵਨ ਵਾਲੇ ਦੀ, ਮਰਿਆਦਾ 'ਚ ਰਹਿਣ ਵਾਲੇ ਗੁਰਮੁਖ ਦੀ ਭਾਵ ਭਗਤੀ ਰੂਪੀ ਕਰਨੀ ਕਮਾਈ ਵੀ ਸੱਚੀ ਹੋਈ ਹੈ, ਭਾਵ ਵਿਖਾਵਾ ਨਹੀਂ ਕਰਦੇ। ਉਹ ਅਸਲ ਦੇ ਵਿੱਚ ਜੀਵਨ ਜਿਉਂਦੇ ਹਨ ਨਾਮ ਸੇਵਾ ਸਿਮਰਨ ਅਭਿਆਸ ਵਾਲਾ, ਦੇਖਦੇ ਵੀ ਸੇਵਾ ਕਰਦੇ ਹੀ ਨੇ, ਅਤੇ ਜੇ ਨਾ ਵੀ ਦੇਖਦੇ ਹੁਣ ਗੁਪਤ ਰਹਿੰਦੇ ਤਾਂ ਉੱਥੇ ਵੀ ਸੇਵਾ ਸਿਮਰਨ ਕਰਦੇ ਨੇ। ਇਵੇਂ ਸੱਚੇ ਜੀਵਨ ਵਾਲੇ ਭਾਵ ਭਗਤੀ ਵਾਲੇ ਪੁਰਖਾਂ ਦੀ ਭਗਤੀ ਰੂਪੀ ਕਾਰ ਵੀ ਸੱਚੀ ਹੈ, ਕਮਾਈ ਵੀ ਸੱਚੀ ਹੈ। ਹਉਮੈ ਤਿਖਾ ਨਿਵਾਰੀ ਹੈ, ਉਹਨਾਂ ਨੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਕਮਾਈ ਕਰਨੇ ਕਰਕੇ ਨਾ ਹਉਮੈ ਤਿਖਾ ਨਿਵਾਰੀ ਹੈ, ਜਿਨ੍ਹਾਂ ਗੁਰਮੁਖਾਂ ਨੇ ਆਪਣੇ ਅੰਦਰੋਂ ਹਉਮੈ ਹੰਗਤਾ ਮਮਤਾ, ਜਿਹਨੂੰ ਮੇਰ ਤੇਰ ਵੀ ਕਹਿ ਦਿੰਦੇ ਹਾਂ, ਮੈਂ ਮੇਰੀ ਵੀ ਕਹਿ ਲਈਦਾ ਹੈ, ਇਹਦੀ ਜਿਹੜੀ ਤਿਖਾ ਤ੍ਰਿਸ਼ਨਾ ਹੈ ਨਾ ਪਿਆਸ, ਇਹ ਨਿਵਾਰੀ ਨਿਵਿਰਤ ਕਰ ਲਈ ਹੈ ਜਿਨ੍ਹਾਂ ਨੇ, ਉਹਨਾਂ ਦੀ ਕਰਨੀ ਕਮਾਈ ਸੱਚੀ ਹੈ।
ਮਾਇਆ ਮੋਹ ਸਭ ਆਪੇ ਕੀਨਾ, ਮਾਇਆ ਮੋਹ ਸਭ ਆਪੇ ਕੀਨਾ। ਫਿਰ ਉਹਨਾਂ ਗੁਰਮੁਖਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਵੀ ਜਿਹੜਾ ਮਾਇਆ ਦਾ ਮੋਹ ਹੈ ਨਾ, ਇਹ ਮੋਹ ਆਦਿਕ ਸਭ ਕੁਝ ਪਰਮੇਸ਼ੁਰ ਨੇ ਆਪ ਹੀ ਪੈਦਾ ਕੀਤਾ ਹੈ, ਆਪ ਹੀ ਜੀਵਾਂ ਦੇ ਅੰਦਰ ਮੋਹ ਪਾਇਆ ਏ। ਗੁਰਮੁਖ ਬਿਰਲੈ ਕਿ ਨਹੀਂ ਤੀਨਾ, ਗੁਰਮੁਖ ਵਿਰਲਾ ਕੇ ਨਹੀਂ ਜੀਨਾ, ਪਰ ਕੇ ਨਹੀਂ ਕਿਸੇ ਵਿਰਲੇ ਟਾਵੇ ਨੇ ਜਿਹਦੇ ਦੇ ਮਹਾਰਾਜ ਦੀ ਕਿਰਪਾ ਹੋਈ ਉਹ ਗੁਰਮੁਖ ਬਣਿਆ, ਅਤੇ ਗੁਰਾਂ ਦੁਆਰਾ ਇਸ ਗੱਲ ਨੂੰ ਕਿਸੇ ਵਿਰਲੇ ਨਹੀਂ ਜਾਣਨਾ ਕੀਤਾ ਵੀ ਮਾਇਆ ਦਾ ਮੋਹ ਆਦਿਕ ਸਭ ਪਰਮੇਸ਼ਰ ਨੇ ਪਾਇਆ ਹੈ ਜੀਵਾਂ ਅੰਦਰ। ਗੁਰਮੁਖ ਹੋਵੇ ਸੋ ਸੱਚ ਕਮਾਵੇ, ਜਿਹੜਾ ਗੁਰਮੁਖ ਹੁੰਦਾ ਹੈ ਨਾ ਗੁਰੂ ਦੇ ਸਨਮੁਖ ਸਿੱਖ, ਸੋ ਸੱਚ ਕਮਾਵੇ, ਉਹ ਸਦਾ ਹੀ ਸੱਚ ਦੀ ਕਮਾਈ ਕਰਦਾ, ਸੱਚੇ ਨਾਮ ਨੂੰ ਹੀ ਕਮਾਉਂਦਾ ਹੈ, ਭਾਵ ਨਾਮ ਹੀ ਜਪਦਾ ਏ। ਸੱਚੀ ਕਰਨੀ ਸਾਰੀ, ਉਹਨਾਂ ਗੁਰਮੁਖਾਂ ਦੀ ਜੋ ਸੱਚੀ ਭਗਤੀ ਰੂਪੀ ਜੋ ਕਰਨੀ ਕਮਾਈ ਹੈ ਸਾਰੀ ਸ੍ਰੇਸ਼ਟ ਹੈ ਸਾਰਿਆਂ ਨਾਲੋਂ। ਕਾਰ ਕਮਾਈ ਜੋ ਮੇਰੇ ਪ੍ਰਭ ਭਾਈ, ਗੁਰਮੁਖਾਂ ਨੇ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੇ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਕਾਰ ਕਮਾਈ, ਉਹੋ ਹੀ ਕਾਰ ਕਮਾਉਣਾ ਕੀਤੀ ਹੈ, ਭਾਵ ਗੁਰਮੁਖ ਉਹੀ ਕੰਮ ਕਰਦੇ ਨੇ ਜੋ ਮੇਰੇ ਪ੍ਰਭ ਭਾਈ, ਜਿਹੜੀ ਮੇਰੇ ਪ੍ਰਭੂ ਪਰਮੇਸ਼ੁਰ ਨੂੰ ਭਾਈ ਪਾਉਂਦੀ ਹੈ, ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਗੁਰਮੁਖ ਉਹੀ ਕੰਮ ਕਰਦੇ ਹਨ। ਹਉਮੈ ਤ੍ਰਿਸ਼ਨਾ ਸ਼ਬਦ ਬੁਝਾਈ, ਉਹਨਾਂ ਨੇ ਹਉਮੈ ਹੰਗਤਾ ਮਮਤਾ ਦੇ ਪਦਾਰਥਾਂ ਦੀ ਤ੍ਰਿਸ਼ਨਾ ਜਿਹੜੀ ਹੈ ਇਹ ਅੱਗ ਇਹ ਗੁਰਾਂ ਦੇ ਸ਼ਬਦ ਰੂਪੀ ਜਲ ਨਾਲ ਬੁਝਾ ਲਈ ਹੈ, ਭਾਵ ਗੁਰ ਸ਼ਬਦ ਦਾ ਅਭਿਆਸ ਕਰਕੇ ਤ੍ਰਿਸ਼ਨਾ ਵੀ ਦੂਰ ਕਰ ਲਈ ਹੈ ਹਉਮੈ ਵੀ ਦੂਰ ਕੀਤੀ ਹੈ। ਗੁਰਮਤਿ ਸਦ ਹੀ ਅੰਤਰ ਸੀਤਲ, ਗੁਰਮਤਿ ਸਦ ਹੀ ਅੰਤਰ ਸੀਤਲ, ਗੁਰੂਆਂ ਦੀ ਜਿਹੜੀ ਮਤ ਸਿੱਖਿਆ ਹੈ ਇਹ ਗੁਰ ਸਿੱਖਿਆ ਦੁਆਰਾ ਗੁਰਮੁਖਾਂ ਦਾ ਸਦ ਹਮੇਸ਼ਾ ਹੀ ਅੰਦਰ ਹਿਰਦਾ ਸੀਤਲ ਠੰਡਾ ਹੋਇਆ ਰਹਿੰਦਾ, ਵਿਸ਼ੇ ਵਿਕਾਰ ਕਿਸੇ ਪ੍ਰਕਾਰ ਦੀ ਵੀ ਈਰਖਾ ਆਦਿਕ ਦੀ ਅੱਗ ਨਹੀਂ ਬਲਦੀ ਉਹਨਾਂ ਅੰਦਰ, ਗੁਰਮੁਖਾਂ ਦਾ ਗੁਰ ਸ਼ਬਦ ਗੁਰੂ ਦੀ ਮਤ ਦੁਆਰਾ ਹਿਰਦਾ ਸਦਾ ਹੀ ਠੰਡਾ ਰਹਿੰਦਾ ਸੀਤਲ ਰਹਿੰਦਾ ਹੈ ਨਾਮ ਜਲ ਕਰਕੇ। ਹਉਮੈ ਮਾਰ ਨਿਵਾਰੀ, ਕਿਉਂਕਿ ਜੋ ਹਉਮੈ ਹੈ ਜੋ ਹੰਗਤਾ ਏ ਜੋ ਮਮਤਾ ਹੈ ਇਹਨੂੰ ਮਾਰ ਕੇ ਨਿਵਾਰੀ ਹੈ ਨਿਵਿਰਤ ਕਰ ਲਿਆ ਹੈ ਗੁਰਮੁਖਾਂ ਨੇ। ਸੱਚ ਲੱਗੇ ਤਿੰਨ ਸਭ ਕਿਛ ਭਾਵੈ, ਸੱਚ ਲੱਗੇ ਜਿਹੜੇ ਸੱਚੇ ਨਾਮ ਨੂੰ ਜਪਣ 'ਚ ਲੱਗੇ ਜੁੜੇ ਨੇ ਉੱਦਮ ਕਰਦੇ ਨੇ ਜੋ ਤਿੰਨ ਸਭ ਕੁਛ ਭਾਵੇ, ਉਹਨਾਂ ਨੂੰ ਵਾਹਿਗੁਰੂ ਦਾ ਕੀਤਾ ਹੋਇਆ ਸਭ ਕੁਝ ਹੀ ਭਾਉਂਦਾ ਚੰਗਾ ਲੱਗਦਾ, ਕਦੀ ਵੀ ਇਹ ਨਹੀਂ ਸ਼ੰਕਾ ਕਰਦੇ ਆਹ ਕਿਉਂ ਕਰਦਾ ਉਹ ਕਿਉਂ ਹੋਇਆ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਉਹਨਾਂ ਨੂੰ ਪਰਮੇਸ਼ੁਰ ਦਾ ਕੀਤਾ ਹਰ ਇੱਕ ਕਾਰਜ ਗੁਰਮੁਖਾਂ ਨੂੰ ਭਾਉਂਦਾ ਹੀ ਹੈ ਚੰਗਾ ਹੀ ਲੱਗਦਾ ਹੈ। ਸੱਚੇ ਸ਼ਬਦੇ ਸੱਚ ਸੁਹਾਵੈ, ਸੱਚੇ ਸ਼ਬਦੇ ਉਹ ਸੱਚੇ ਗੁਰਾਂ ਦੇ ਸ਼ਬਦੇ ਉਪਦੇਸ਼ ਦੁਆਰਾ ਨਾਮ ਜਪ ਕੇ ਸੱਚ ਸੁਹਾਵੈ, ਸੱਚੇ ਪਰਮੇਸ਼ੁਰ ਦੇ ਸਰੂਪ ਵਿੱਚ ਲੀਨ ਹੋ ਕੇ ਜਾਂ ਵਾਹਿਗੁਰੂ ਦੇ ਦਰ ਦੇ ਉੱਤੇ ਸੁਹਾਵੇ ਸੋਭਨੀਕ ਹੁੰਦੇ ਸ਼ੋਭਾ ਪਾਉਂਦੇ ਹਨ। ਇੱਥੇ ਸੱਚੀ ਸੀ ਦਰ ਸੱਚੀ, ਇੱਥੇ ਇੱਥੇ ਸੱਚੀ ਸੀ ਦਰ ਸੱਚੀ, ਇੱਥੇ ਸੱਚੇ ਸੇ ਦਰ ਸੱਚੇ। ਮਹਾਰਾਜ ਕਹਿੰਦੇ ਜੋ ਇੱਥੇ ਇਸ ਲੋਕ 'ਚ ਸੱਚੇ ਨਾਮ ਵਿੱਚ ਜੁੜੇ ਨੇ ਜਾਂ ਸੱਚੇ ਜੀਵਨ ਵਾਲੇ ਹਨ ਸੱਚਾਈ ਦੇ ਮਾਰਗ ਵਾਲੇ ਨੇ
ਉਹੀ ਪਰਮੇਸ਼ੁਰ ਦੇ ਸੱਚਖੰਡ ਰੂਪੀ ਦੁਆਰੇ ਦੇ ਸੱਚੇ ਹੁੰਦੇ ਹਨ, ਸੁਰਖਰੂ ਹੁੰਦੇ ਹਨ। ਨਦਰੀ ਨਦਰ ਸਵਾਰੀ, ਨਦਰੀ ਕਿਰਪਾ ਦ੍ਰਿਸ਼ਟੀ ਜੋ ਕਰਨ ਵਾਲਾ ਪਰਮੇਸ਼ੁਰ ਹੈ, ਉਹਨੇ ਆਪਣੀ ਨਜ਼ਰ ਮਿਹਰ ਕਰਕੇ ਸਵਾਰੀ ਹੈ, ਉਹਨਾਂ ਦੀ ਬਿਰਤੀ ਸ਼ੁਭ ਗੁਣਾਂ ਦੇ ਵਿੱਚ ਜਾਂ ਉਹਨਾਂ ਦੀ ਜ਼ਿੰਦਗੀ ਸ਼ੁਭ ਗੁਣਾਂ ਦੇ ਨਾਲ ਸਵਾਰ ਦਿੱਤੀ ਹੈ। ਬਿਨ ਸੱਚੇ ਜੋ ਦੂਜਾ ਲਾਇਆ, ਜੋ ਸੱਚੇ ਨਾਮ ਤੋਂ ਬਗੈਰ ਨੇ, ਜਿਨ੍ਹਾਂ ਨੇ ਜੋ ਜਿਹੜਾ ਦਵੈਦ ਭਾਵ ਵਿੱਚ ਹੋਰ ਮਾਇਆ ਦੇ ਪ੍ਰੇਮ ਵਿੱਚ ਜਿਹਨੇ ਆਪਣੇ ਆਪ ਨੂੰ ਲਾਉਣਾ ਕੀਤਾ, ਬਿਨ ਸੱਚੇ ਸੱਚੇ ਨਾਮ ਜਪਣ ਤੋਂ ਬਗੈਰ ਜਿਨ੍ਹਾਂ ਨੇ ਆਪਣਾ ਮਨ ਹੋਰ ਪਾਸੇ ਜੋੜਿਆ ਹੋਇਆ, ਹੋਰ ਪਾਸੇ ਪ੍ਰੇਮ ਪਾਇਆ ਹੋਇਆ ਹੈ। ਮਾਇਆ ਮੋਹ ਦੁੱਖ ਸਵਾਇਆ, ਉਹ ਮਾਇਆ ਦੇ ਮੋਹ ਕਰਕੇ ਹੀ ਹੈ ਸਭ ਕੁਝ, ਤੇ ਮਾਇਆ ਦੇ ਮੋਹ ਕਰਕੇ ਮਹਾਰਾਜ ਕਹਿੰਦੇ ਉਹਨੇ ਦੁੱਖ ਸਵਾਇਆ। ਸਵਾਇਆ ਤੋਂ ਭਾਵ ਸਾਰਾ ਦੁੱਖ ਹੀ ਕਸ਼ਟ ਹੀ ਪ੍ਰਾਪਤ ਕੀਤਾ ਹੈ, ਉਹ ਸੁਖੀ ਨਹੀਂ ਹੁੰਦਾ ਕਦੇ। ਬਿਨ ਗੁਰ ਦੁੱਖ ਸੁਖ ਜਾਪੈ ਨਾਹੀ, ਤੇ ਇਹ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਆਏ ਤੋਂ ਬਗੈਰ ਦੁੱਖ ਅਤੇ ਸੁੱਖ ਇਹਨਾਂ ਦਾ ਕਾਰਨ ਜਿਹੜਾ ਹੈ ਇਹ ਜਾਪੇ ਜਾਣਿਆ ਨਹੀਂ ਜਾਂਦਾ, ਭਾਵ ਕਿ ਇਹਦੀ ਸਮਝ ਨਹੀਂ ਆਉਂਦੀ, ਜਾਂ ਬਿਨਾਂ ਗੁਰੂ ਸਾਹਿਬ ਦੀ ਸ਼ਰਨ ਆਏ ਤੋਂ ਜੋ ਦੁੱਖ ਦੀ ਨਿਵਿਰਤੀ ਅਤੇ ਸੁੱਖ ਦੀ ਪ੍ਰਾਪਤੀ ਇਹ ਕਿਵੇਂ ਹੁੰਦੀ ਹੈ, ਇਹ ਸਮਝ ਨਹੀਂ ਆਉਂਦੀ ਜੀਵ ਕੋਲ, ਜਾਣਿਆ ਨਹੀਂ ਜਾ ਸਕਦਾ। ਮਾਇਆ ਮੋਹ ਦੁੱਖ ਭਾਰੀ ਹੈ, ਮਾਇਆ ਮੋਹ ਦੁੱਖ ਭਾਰੀ ਹੈ, ਸਗੋਂ ਉਹਨਾਂ ਨੂੰ ਮਾਇਆ ਦੇ ਮੋਹ ਕਰਕੇ ਅਗਿਆਨਤਾ ਦੇ ਵਿੱਚ ਜੰਮਣ ਮਰਨ ਦਾ ਬਹੁਤ ਭਾਰੀ ਵੱਡਾ ਦੁੱਖ ਪ੍ਰਾਪਤ ਹੁੰਦਾ ਰਹਿੰਦਾ ਹੈ, ਜੰਮਦੇ ਮਰਦੇ ਹਨ, ਦੁਖੀ ਰਹਿੰਦੇ ਹਨ। ਸੱਚਾ ਸ਼ਬਦ ਜਿਨ੍ਹਾਂ ਮਨ ਭਾਇਆ, ਸੱਚਾ ਹੈ ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼, ਜਿਨ੍ਹਾਂ ਦੇ ਮਨ ਵਿੱਚ ਮਹਾਰਾਜ ਦੀ ਬਾਣੀ ਭਾ ਗਈ ਹੈ, ਸ਼ਬਦ ਚੰਗਾ ਲੱਗ ਆਇਆ ਹੈ। ਪੂਰਬ ਲਿਖਿਆ ਤਿਨੀ ਕਮਾਇਆ, ਉਹਨਾਂ ਨੇ ਪੂਰਵਲੇ ਜਨਮਾਂ ਦਾ ਜਿਹੜਾ ਲਿਖਿਆ ਹੋਇਆ ਲੇਖ ਹੈ ਨਾ, ਚੰਗਾ ਸੰਸਕਾਰ, ਉਹਦੇ ਅਨੁਸਾਰ ਹੀ ਗੁਰਾਂ ਦੀ ਸਿੱਖਿਆ ਨੂੰ ਉਪਦੇਸ਼ ਨੂੰ ਕਮਾਉਣਾ ਕੀਤਾ ਹੈ। ਸੱਚੋ ਸੇਵੈ ਸੱਚ ਧਿਆਵੈ, ਤੀਸਰੇ ਪਾਤਸ਼ਾਹ ਕਹਿੰਦੇ ਵੀ ਸੱਚੋ ਸੇਵੈ, ਉਹ ਗੁਰਮੁਖ ਬਾਣੀ ਕਰਕੇ ਵੀ ਸੱਚੋ ਤੋਂ ਭਾਵ ਸੱਚਾ ਜੋ ਸਦਾ ਰਹਿਣ ਵਾਲਾ ਪਰਮੇਸ਼ੁਰ ਹੈ ਉਹਨੂੰ ਹੀ ਸੇਵਦੇ ਨੇ, ਉਹਨੂੰ ਸੇਵਣਾ ਭਾਵ ਹੈ ਵੀ ਸਾਰੇ ਸੰਸਾਰ ਦੇ ਜੀਵ ਉਹਦਾ ਰੂਪ ਹੀ ਜਾਣ ਕੇ ਜਿਹਦੀ ਵੀ ਲੋੜਵੰਦ ਦੀ ਸੇਵਾ ਕਰਦੇ ਉਹ ਜਾਣਦੇ ਵੀ ਇਹ ਰੱਬ ਦੀ ਸੇਵਾ ਹੈ, ਇਵੇਂ ਸੱਚੇ ਨੂੰ ਸੇਵਦੇ ਹਨ ਅਤੇ ਜਾਂ ਬਾਣੀ ਕਰਕੇ ਵੀ ਉਹਦਾ ਹੀ ਸਿਮਰਨ ਕਰਦੇ ਨੇ, ਸੱਚ ਧਿਆਵੈ ਦੇ ਮਨ ਕਰਕੇ ਵੀ ਸੱਚੇ ਦੇ ਨਾਮ ਨੂੰ ਹੀ ਅਰਾਧਦੇ ਹਨ। ਸੱਚ ਰਤੇ ਵਿਚਾਰੀ, ਸਰੀਰ ਕਰਕੇ ਵੀ ਉਹ ਸੱਚੇ ਪਰਮੇਸ਼ੁਰ 'ਚ ਰੰਗੇ ਰਹਿੰਦੇ ਹਨ ਅਤੇ ਫਿਰ ਆਪਣੇ ਸੱਚ ਸਰੂਪ ਦੀ ਵਿਚਾਰ ਕਰਦੇ ਨੇ, ਵਿਚਾਰਵਾਨ ਹਨ। ਗੁਰ ਕੀ ਸੇਵਾ ਮਿੱਠੀ ਲਾਗੇ, ਜਿਨ੍ਹਾਂ ਨੂੰ ਸਾਧ ਸੰਗਤ ਗੁਰਾਂ ਦੀ ਸੇਵਾ ਕਰਨੀ, ਟਹਿਲ ਭਗਤੀ ਕਰਨੀ ਮਿੱਠੀ ਪਿਆਰੀ ਲੱਗਦੀ ਹੈ ਨਾ, ਭਾਵ ਗੁਰੂ ਦੀ ਸੇਵਾ ਵਿੱਚ ਜਿਨ੍ਹਾਂ ਨੂੰ ਸੁੱਖ ਆਨੰਦ ਮਹਿਸੂਸ ਹੁੰਦਾ ਹੈ। ਆਨੰਦ ਸੁੱਖ ਸਹਿਜ ਸਮਾਧੀ, ਆਨੰਦ ਸੁੱਖ ਉਹਨਾਂ ਦੀ ਆਨੰਦ ਰਾਤ ਦੇਣੀ ਸੁੱਖ ਸਰੂਪ ਦੇ ਵਿੱਚ ਨਾ ਸਹਿਜ ਸੁਭਾਵਕ ਹੀ ਸੁਧੇ ਸਿਧੀ ਸਮਾਧੀ ਲੱਗੀ ਰਹਿੰਦੀ ਹੈ, ਭਾਵ ਕਿ ਮਨ ਟਿਕਿਆ ਰਹਿੰਦਾ ਹੈ ਰਾਤ ਦਿਨ ਸੁੱਖ ਸਰੂਪ ਵਾਹਿਗੁਰੂ ਵਿੱਚ, ਹਰ ਹਰ ਜਾਂ ਆਨੰਦ ਸੁੱਖ ਹਰ ਰੋਜ਼ ਹੀ ਉਹਨਾਂ ਨੂੰ ਸੁੱਖ ਬਣਿਆ ਰਹਿੰਦਾ ਅਤੇ ਸਹਿਜ ਅਡੋਲ ਅਵਸਥਾ ਦੁਆਰਾ ਵਾਹਿਗੁਰੂ ਵਿੱਚ ਸਮਾਧੀ ਲੱਗੀ ਰਹਿੰਦੀ ਹੈ। ਹਰ ਹਰ ਕਰਦੇ ਹਾਂ ਮਨ ਨਿਰਮਲ ਹੋਆ, ਸਾਧ ਸੰਗਤ ਜਦੋਂ ਆਪਾਂ ਨਿੰਦਾ ਕਰਦੇ ਹਾਂ, ਉਦੋਂ ਕਿਸੇ ਦਾ ਭਾਰ ਚੱਕਦੇ ਹਾਂ,
ਜਦੋਂ ਚੁਗਲੀ ਕਰਦੇ ਹਾਂ, ਕਿਸੇ ਦਾ ਕਾਰਜ ਵਿਗਾੜਦੇ ਹਾਂ, ਇਹ ਸਾਰੀਆਂ ਢਹਿੰਦੀ ਕਲਾ ਵਾਲੀਆਂ ਗੱਲਾਂ ਨੇ। ਪਰ ਸਿਮਰਨ ਕਰਦਿਆਂ ਵੇਖੋ, ਮਹਾਰਾਜ ਕਹਿੰਦੇ ਹਰ ਹਰ ਕਰਤਿਆ। ਜੇ ਹਰ ਹਰ ਪਰਮੇਸ਼ਰ ਦਾ ਸਿਮਰਨ ਕਰੀਏ, ਇਹ ਸਿਮਰਨ ਕਰਦਿਆਂ ਮਨ ਨਿਰਮਲ ਹੋਆ। ਜਿਨ੍ਹਾਂ ਵੀ ਸਿਮਰਨ ਕੀਤਾ ਉਹਨਾਂ ਗੁਰਮੁਖਾਂ ਦਾ ਮਨ ਨਿਰਮਲ, ਪਾਪਾਂ ਦੀ ਮੈਲ ਤੋਂ ਰਹਿਤ ਉੱਜਲ ਹੋ ਗਿਆ ਹੈ। ਉਹਨਾਂ ਦੇ ਮਨ ਦੇ ਵਿੱਚੋਂ ਹਰ ਪ੍ਰਕਾਰ ਦੇ ਪਾਪ ਧੋਤੇ ਜਾਂਦੇ ਹਨ। ਗੁਰ ਕੀ ਸੇਵ ਪਿਆਰੀ, ਇਸੇ ਕਰਕੇ ਉਹਨਾਂ ਗੁਰਮੁਖਾਂ ਨੂੰ ਗੁਰੂ ਸਾਹਿਬ ਦੀ ਸੇਵਾ ਕਰਨੀ, ਟਹਿਲ ਕਰਨੀ ਪਿਆਰੀ ਲੱਗਦੀ ਹੈ। ਤੇ ਜਨ ਸੁਖੀਏ ਸਤਿਗੁਰ ਸੱਚੇ ਲਾਏ, ਉਹ ਪੁਰਖ ਸਦਾ ਹੀ ਸੁਖੀ ਨੇ ਭਾਈ, ਸਤਿਗੁਰ ਸੱਚੇ ਲਾਏ। ਜਿਹੜੇ ਸਤਿਗੁਰਾਂ ਨੇ ਸੱਚੇ ਵਾਹਿਗੁਰੂ ਦੇ ਨਾਮ ਜਪਣ ਵਿੱਚ ਲਾਏ ਹੋਏ ਜੋੜ ਦਿੱਤੇ ਹਨ। ਆਪੇ ਭਾਣੇ ਆਪ ਮਿਲਾਏ, ਫਿਰ ਆਪ ਹੀ ਮਹਾਰਾਜ ਕਹਿੰਦੇ ਆਪਣੇ ਭਾਣੇ ਅਨੁਸਾਰ ਹੀ ਨਾ, ਆਪਣੇ ਹੁਕਮ ਦੇ ਵਿੱਚ ਚੱਲਦੇ ਹੋਏ ਜਾਣ ਕੇ ਗੁਰਾਂ ਨੇ ਵੀ ਇਹ ਸਾਡੀ ਆਗਿਆ ਮੰਨਦਾ ਹੈ ਸਿੱਖ, ਇਹ ਸਾਡੇ ਭਾਣੇ ਦੇ ਵਿੱਚ ਆਉਂਦਾ। ਭਾਵੇਂ ਕਿ ਭਾਣੇ ਵਿੱਚ ਕੋਈ ਵਿਰਲਾ ਪੁਰਖ ਆਉਂਦਾ ਏ, ਪਰ ਜਿਹੜੇ ਗੁਰਮੁਖ ਆਪਣੇ ਭਾਣੇ ਹੁਕਮ ਵਿੱਚ ਚੱਲਦੇ ਹੋਏ ਜਾਣੇ ਨੇ, ਆਪ ਮਿਲਾਏ। ਉਹ ਪਰਮੇਸ਼ੁਰ ਨੇ ਆਪ ਗੁਰਾਂ ਰਾਹੀਂ ਆਪਣੇ ਸਰੂਪ ਵਿੱਚ ਮੇਲ ਲਏ ਹਨ, ਉਹਨਾਂ ਨੂੰ ਆਪਣੇ ਰੂਪ ਬਣਾ ਲਿਆ ਹੈ। ਸਤਿਗੁਰ ਰਾਖੇ ਸੇ ਜਨ ਉਭਰੇ, ਜੋ ਪੁਰਖ ਸਤਿਗੁਰਾਂ ਨੇ ਆਪਣੀ ਸ਼ਰਨ ਵਿੱਚ ਪਏ ਜਾਣ ਕੇ ਰਾਖੇ ਰੱਖ ਲਏ ਨੇ, ਜਿਨ੍ਹਾਂ ਦੇ ਰਖਵਾਲੇ ਸਤਿਗੁਰੂ ਬਣੇ ਨੇ, ਸੇ ਜਨ ਉਭਰੇ, ਉਹ ਜਨ ਪੁਰਖ ਇਹ ਮਾਇਆ ਮੋਹ ਦੇ ਵਿੱਚ ਪੈ ਕੇ ਸੰਸਾਰ ਸਮੁੰਦਰ ਵੱਲ ਡੁੱਬਣ ਤੋਂ ਉਭਰ ਕੇ ਬਚ ਗਏ ਹਨ। ਹੋਰ ਮਾਇਆ ਮੋਹ ਖੁਆਰੀ ਹੈ, ਜਿਹੜੇ ਹੋਰ ਗੁਰੂ ਦੀ ਸ਼ਰਨ ਨਹੀਂ ਆਉਂਦੇ, ਮਾਇਆ ਦੇ ਮੋਹ ਵਿੱਚ ਲੱਗੇ ਰਹਿੰਦੇ ਨੇ, ਉਹ ਬਾਕੀ ਸਾਰੀ ਸ੍ਰਿਸ਼ਟੀ ਮਹਾਰਾਜ ਕਹਿੰਦੇ ਮਾਇਆ ਮੋਹ ਕਰਕੇ ਖੁਆਰੀ ਹੈ, ਖੁਰਾਬ ਹੀ ਹੋ ਰਹੀ ਹੈ, ਦੁਖੀ ਹੀ ਹੋ ਰਹੇ ਨੇ ਨਾ, ਕੋਈ ਸੰਤੁਸ਼ਟ ਨਹੀਂ ਹੋ ਰਿਹਾ। ਹਰ ਕੋਈ ਬੰਦਾ ਇੱਕ ਦੂਸਰੇ 'ਤੇ ਔਖਾ ਹੀ ਫਿਰਦਾ ਹੈ, ਕੋਈ ਵੀ ਪਰਮੇਸ਼ੁਰ ਦਾ ਸ਼ੁਕਰਾਨਾ ਨਹੀਂ ਕਰਦਾ ਜਿਹੜਾ ਮਾਇਆ ਦੇ ਮੋਹ ਵਿੱਚ ਲੱਗਿਆ ਏ। ਗੁਰਮੁਖ ਸਾਚਾ ਸ਼ਬਦ ਪਛਾਤਾ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ 1051 ਅੰਗ ਦੇ ਉੱਤੇ ਕਹਿੰਦੇ ਵੀ ਗੁਰਮੁਖ ਸਾਚਾ ਸ਼ਬਦ ਪਛਾਤਾ। ਗੁਰਮੁਖ ਜਨਾਂ ਨੇ ਗੁਰਾਂ ਦਾ ਜੋ ਸ਼ਬਦ ਉਪਦੇਸ਼ ਹੈ ਉਹਦੇ ਦੁਆਰਾ ਸੱਚੇ ਪਰਮੇਸ਼ੁਰ ਨੂੰ ਸਾਰਿਆਂ ਵਿੱਚ ਵੱਸਦਾ ਹੋਇਆ ਪਛਾਤਾ, ਪਛਾਣ ਲਿਆ, ਕਿਉਂਕਿ ਗੁਰਾਂ ਨੇ ਦ੍ਰਿੜੀ ਇਹ ਕਰਾਇਆ ਵੀ ਜੋਤ ਸਭ ਦੇ ਅੰਦਰ ਨਿਰੰਕਾਰ ਦੀ ਹੈ। ਨਾ ਤਿਸ ਕੁਟੰਬ ਨਾ ਤਿਸ ਮਾਤਾ, ਨਾ ਹੀ ਉਸ ਪਰਮੇਸ਼ਰ ਦਾ ਕੋਈ ਕੁਟੰਬ ਪਰਿਵਾਰ ਆ, ਤੇ ਨਾ ਹੀ ਉਹਦੀ ਕੋਈ ਮਾਤਾ ਮਾਂ ਹੈ ਜਿਹਨੇ ਜਨਮ ਦਿੱਤਾ ਹੋਵੇ। ਇੱਕੋ ਏਕ ਰਵਿਆ ਸਭ ਅੰਤ, ਉਹ ਇੱਕੋ ਇੱਕ ਅਦਵੈਤ ਸਰੂਪ ਹੈ ਪਰਮੇਸ਼ਰ, ਫਿਰ ਵੀ ਸਾਰਿਆਂ ਦੇ ਵਿੱਚ ਹੀ ਜੋਤ ਰੂਪ ਹੋ ਕੇ ਰਵਿਆ ਹੋਇਆ ਵਿਆਪਕ ਹੋ ਰਿਹਾ ਹੈ। ਸਭਨਾ ਜੀਆਂ ਕਾ ਆਧਾਰੀ, ਗੁਰੂ ਅਮਰਦਾਸ ਸਾਹਿਬ ਕਹਿੰਦੇ ਸਾਰਿਆਂ ਜੀਵਾਂ ਦਾ ਉਹ ਆਧਾਰੀ ਆਸਰਾ ਰੂਪ ਹੈ ਭਾਈ, ਜਿੰਨੇ ਵੀ ਜੀਵ ਪੈਦਾ ਕੀਤੇ ਉਹਨਾਂ ਸਾਰਿਆਂ ਦਾ ਆਸਰਾ ਵਾਹਿਗੁਰੂ ਆਪ ਹੈ। ਹਉਮੈ ਮੇਰਾ ਦੂਜਾ ਭਾਇਆ, ਹਉਮੈ ਮੇਰਾ ਦੂਜਾ ਭਾਇਆ, ਜਿਨ੍ਹਾਂ ਜੀਵਾਂ ਨੂੰ ਹਉਮੈ ਹੰਗਤਾ ਅਤੇ ਮਮਤਾ ਅਤੇ ਮੇਰਾ ਮੇਰ ਤੇਰ ਅਤੇ ਦੂਜਾ ਅਦਵੈਤ ਪਰਮੇਸ਼ਰ ਹੈ ਉਹਨੂੰ ਛੱਡ ਕੇ
ਦਵੈਤ ਦੂਜਾ ਮਾਇਆ ਦਾ ਮੋਹ ਜਿਨ੍ਹਾਂ ਨੂੰ ਭਾਇਆ ਚੰਗਾ ਲੱਗਦਾ ਹੈ, ਕਿਛ ਨਾ ਚੱਲੈ ਧੁਰ ਖਸਮ ਲਿਖ ਪਾਇਆ, ਉਹਨਾਂ ਦਾ ਕੁਝ ਵੀ ਜ਼ੋਰ ਨਹੀਂ ਚੱਲਦਾ, ਧੁਰ ਖਸਮ ਲਿਖ ਪਾਇਆ। ਮਹਾਰਾਜ ਕਹਿੰਦੇ ਧੁਰੋਂ ਉਹਨਾਂ ਦੀ ਕਰਨੀ ਅਨੁਸਾਰ ਮਾਲਕ ਪਰਮੇਸ਼ਰ ਨੇ ਇਹ ਲੇਖ ਹੀ ਐਸਾ ਲਿਖ ਕੇ ਪਾਉਣਾ ਕੀਤਾ ਭਾਈ, ਉਹਨਾਂ ਦੇ ਵੀ ਵੱਸ ਦੀ ਗੱਲ ਨਹੀਂ, ਉਹ ਨਹੀਂ ਕਰਦੇ ਸੰਗਤ, ਨਹੀਂ ਸੇਵਾ ਕਰ ਸਕਦੇ, ਉਹ ਹਉਮੈ ਹੰਗਤਾ ਮਮਤਾ ਦਵੈਤ ਵਿੱਚ ਲੱਗੇ ਨੇ, ਪੁਰਾਣੇ ਕਰਮ ਵੀ ਮਾੜੇ ਨੇ, ਇਸ ਕਰਕੇ ਆਪਣਾ ਜ਼ੋਰ ਚੱਲਦਾ ਨਹੀਂ ਕੋਈ ਉਹਨਾਂ ਦਾ। ਗੁਰ ਸਾਚੇ ਤੇ ਸਾਚ ਕਮਾਵਹਿ, ਮਹਾਰਾਜ ਕਹਿੰਦੇ ਵੀ ਗੁਰ ਸਾਚੇ ਤੇ, ਜਿਹੜੇ ਗੁਰੂ ਸੱਚੇ ਤੋਂ ਸਾਚ ਕਮਾਵੈ, ਸੱਚ ਨਾਮ ਪ੍ਰਾਪਤ ਕਰਕੇ ਫਿਰ ਉਹਨੂੰ ਕਮਾਉਣਾ ਕਰਦੇ ਹਨ, ਭਾਵ ਜੋ ਸੱਚੇ ਗੁਰਾਂ ਕੋਲ ਨਾਮ ਦੀ ਦਾਤ ਲੈ ਕੇ ਜਿਹੜੇ ਨਾਮ ਦਾ ਅਭਿਆਸ ਕਰਦੇ ਨੇ ਸਿੱਖ, ਸੱਚ ਦੁੱਖ ਨਿਵਾਰੀ ਹੀ, ਸੱਚੇ ਪਰਮੇਸ਼ਰ ਅਕਾਲ ਪੁਰਖ ਨੇ ਆਪ ਹੀ ਨਾ ਸੱਚ ਦੁੱਖ ਨਿਵਾਰੀ ਹੇ, ਉਹਨਾਂ ਦੇ ਜੰਮਣ ਮਰਨ ਦੇ ਦੁੱਖ ਕਸ਼ਟ ਦੀ ਜਿਹੜੀ ਪੀੜਾ ਹੈ ਉਹ ਨਿਵਿਰਤ ਕਰ ਦਿੱਤੀ, ਮੇੜ ਦਿੱਤੀ ਹੈ ਗੁਰਾਂ ਨੇ। ਜਾ ਤੂੰ ਦੇਹ ਸਦਾ ਸੁਖ ਪਾਏ, ਜਾ ਤੂੰ ਦੇਹ ਸਦਾ ਸੁਖ ਪਾਏ। ਹੇ ਮਹਾਰਾਜ, ਜਦੋਂ ਤੂੰ ਆਪ ਕਿਸੇ ਨੂੰ ਸਤਸੰਗਤ ਗੁਰਾਂ ਦੀ ਸ਼ਰਨ ਦੇਣਾ ਕਰਦਾ ਹੈ, ਉਹ ਫੇਰ ਹੀ ਸਦੀਵੀ ਰਹਿਣ ਵਾਲਾ ਆਤਮਿਕ ਸੁਖ ਪ੍ਰਾਪਤ ਕਰਦਾ ਹੈ। ਸੱਚ ਹੈ ਸਬਦੇ ਸਾਚ ਕਮਾਏ, ਉਹੀ ਜਿਹਨੂੰ ਤੂੰ ਸ਼ਰਨ ਪਾਤਾ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਤੇਰੇ ਸੱਚੇ ਨਾਮ ਨੂੰ ਕਮਾਉਣਾ ਕਰਦਾ ਏ। ਅੰਦਰ ਸਾਚਾ ਮਨ ਤਨ ਸਾਚਾ, ਜਿਹਦੇ ਅੰਦਰ ਹਿਰਦੇ ਚ ਸਾਚਾ ਸੱਚਾ ਨਾਮ ਵਸਿਆ ਹੈ, ਮਨ ਤਨ ਸਾਚਾ ਉਹਨਾਂ ਦਾ ਮਨ ਅੰਤੇ ਕਰਨ ਤੇ ਤਨ ਸਰੀਰ ਇਹ ਵੀ ਸੱਚਾ ਹੈ, ਭਾਵ ਮਨ ਤਨ ਸਫਲਾ ਹੋ ਗਿਆ ਨਾਮ ਕਰਕੇ। ਭਗਤ ਭਰੇ ਭੰਡਾਰੀ ਹੈ, ਭਗਤ ਭਰੇ ਭੰਡਾਰੀ ਹੈ, ਤੇ ਫਿਰ ਉਹਨਾਂ ਦੇ ਅੰਦਰ ਭਗਤੀ ਦੇ ਭੰਡਾਰੀ ਭੰਡਾਰ ਖਜ਼ਾਨੇ ਭਰੇ ਪਏ ਨੇ, ਜਾਂ ਭੰਡਾਰੀ ਕਹਿੰਦੇ ਨੇ ਜਿਹਦੇ ਕੋਲ ਭੰਡਾਰਾ ਭੰਡਾਰੇ ਦੀ ਜ਼ਿੰਮੇਵਾਰੀ ਹੋਵੇ, ਉਹ ਭਗਤੀ ਨਾਲ ਭਰਿਆ ਹੋਇਆ ਪਰਮੇਸ਼ਰ ਦੇ ਦਰ ਦਾ ਭੰਡਾਰੀ ਖਜ਼ਾਨਚੀ ਬਣ ਜਾਂਦਾ ਹੈ ਗੁਰਮੁਖ, ਭਾਵ ਕਿ ਆਪ ਤਾਂ ਸ਼ੁਭ ਗੁਣਾਂ ਨਾਲ ਲੱਦੇ ਹੀ ਹੋਏ ਨੇ, ਹੋਰਾਂ ਨੂੰ ਵੀ ਭਗਤੀ ਕਰਾ ਕੇ ਸ਼ੁਭ ਗੁਣਾਂ ਦੀਆਂ ਦਾਤਾਂ ਵੰਡਦੇ ਹਨ। ਆਪੇ ਵੇਖੈ ਹੁਕਮ ਚਲਾਏ, ਸਤਸੰਗਤ ਜੀ ਆਪੇ ਵੇਖੈ, ਪਰਮੇਸ਼ਰ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਵੇਖਦਾ ਹੈ, ਹੁਕਮ ਚਲਾਏ ਤੇ ਆਪ ਹੀ ਸਾਰਿਆਂ ਨੂੰ ਆਪਣੇ ਹੁਕਮ 'ਚ ਚਲਾਉਣਾ ਕਰਦਾ ਹੈ, ਗੁਰਮੁਖਾਂ ਦਾ ਨਿਸ਼ਚਾ ਏ। ਆਪਣਾ ਭਾਣਾ ਆਪ ਕਰਾਏ, ਗੁਰਮੁਖ ਜਾਣਦੇ ਨੇ ਵੀ ਆਪਣਾ ਭਾਣਾ ਆਪਣਾ ਜਿਹੜਾ ਹੁਕਮ ਹੈ ਨਾ ਭਾਣਾ ਆਪ ਕਰਾਏ, ਆਪ ਹੀ ਜੀਵਾਂ ਦੇ ਪਾਸੋਂ ਮਨਾਉਣਾ ਕਰਾਉਂਦਾ ਹੈ, ਭਾਵ ਕਿ ਜੀਵ ਆਪ ਹੀ ਉਸ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਹਨ, ਕਰਾਉਂਦਾ ਆਪ ਹੀ ਆ ਸਾਰਾ ਕੁਝ ਪਰਮੇਸ਼ਰ। ਨਾਨਕ ਨਾਮ ਰਤੇ ਬੈਰਾਗੀ, ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜੇ ਨਾਮ ਚੁਰੰਗੇ ਹੋਏ ਰਹਿੰਦੇ ਨੇ ਪੁਰਖ, ਉਹ ਬੈਰਾਗਵਾਨ ਹਨ, ਕੱਲਾ ਭੇਖ ਧਾਰਿਆਂ ਕੋਈ ਬੈਰਾਗੀ ਨਹੀਂ ਬਣ ਜਾਂਦਾ। ਮਨ ਤਨ ਰਸਨਾ ਨਾਮ ਸਵਾਰੀ, ਉਹਨਾਂ ਗੁਰਮੁਖਾਂ ਨੇ ਆਪਣੇ ਮਨ ਹਿਰਦੇ ਤਨ ਸਰੀਰ ਨੂੰ ਵੀ ਨਾਮ ਕਰਕੇ ਸਵਾਰ ਲਿਆ, ਅਤੇ ਰਸਨਾ ਕਰਕੇ ਵੀ ਨਾਮ ਹੀ ਮਹਾਰਾਜ ਕਹਿੰਦੇ ਜਪਦੇ ਨੇ, ਰਸਨਾ ਵੀ ਉਹਨਾਂ ਦੀ ਸਵਾਰੀ ਗਈ ਹੈ, ਸਵਾਰੀ ਇਹੀ ਗਈ ਵੀ ਜ਼ੁਬਾਨ ਦੇ ਉੱਤੇ ਪਰਾਏ ਹੱਕ ਦੀ ਵਸਤੂ ਨਹੀਂ ਰੱਖਦੇ, ਜਾਂ ਕਿਸੇ ਜੀਵ ਜੰਤੂ ਨੂੰ ਮਾਰ ਕਰਕੇ ਉਹ ਨਹੀਂ ਜ਼ੁਬਾਨ ਦੇ ਸਵਾਦ ਲਈ ਖਾਂਦੇ,
ਇਸ ਤਰ੍ਹਾਂ ਉਹਨਾਂ ਨੇ ਆਪਣਾ ਮਨ ਤਨ ਰਸਨ ਸਭ ਕੁਝ ਸਵਾਰ ਲਿਆ ਹੈ ਨਾਮ ਦੁਆਰਾ। ਮਾਰੂ ਮਹੱਲਾ ਤੀਜਾ, ਆਪੇ ਆਪ ਉਪਾਏ ਉਪੰਨਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਵੀ ਜੋ ਉਪੰਨਾ ਕਹਿੰਦੇ ਨੇ ਪ੍ਰਕਾਸ਼ਮਾਨ ਪ੍ਰਭੂ ਪਰਮੇਸ਼ਰ ਹੈ, ਉਹਨੇ ਆਪੇ ਆਪ ਹੀ ਆਪਣਾ ਆਪ ਪੈਦਾ ਕੀਤਾ, ਆਪ ਹੀ ਪ੍ਰਗਟ ਹੋਇਆ ਹੈ। ਸਭ ਮਹਿਮਾ ਜਾਂ ਆਪੇ ਆਪ ਉਪਾਏ ਉਪੰਨਾ, ਉਪੰਨਾ ਕੀ ਹੈ? ਉਤਪਤੀ ਕਰਨ ਵਾਲਾ ਪਰਮੇਸ਼ਰ, ਉਹਨੇ ਆਪੇ ਆਪ ਆਪਣੇ ਆਪ ਤੋਂ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਜਗਤ ਨੂੰ ਉਪਾ ਕਰਕੇ। ਸਭ ਮਹਿ ਵਰਤੈ ਏਕ ਪ੍ਰਸ਼ੰਨਾ। ਪ੍ਰਸ਼ੰਨਾ ਦੇ ਦੋ ਅਰਥ ਹੈ, ਭਿੰਨ ਭਿੰਨ ਤੇ ਪ੍ਰਸ਼ੰਨਾ ਗੁਪਤ। ਕਹਿੰਦੇ ਵੀ ਸਭ ਮਹਿ ਵਰਤੈ, ਉਹ ਇੱਕ ਪਰਮੇਸ਼ਰ ਜਿਹੜਾ ਹੈ ਨਾ, ਪ੍ਰਸ਼ੰਨਾ ਗੁਪਤ ਰੂਪ ਹੋ ਕੇ ਜਾਂ ਪ੍ਰਸ਼ੰਨਾ ਭਿੰਨ ਭਿੰਨ ਰੂਪ ਹੋ ਕੇ ਸਾਰਿਆਂ ਜੀਵਾਂ ਵਿੱਚ ਵਰਤ ਰਿਹਾ ਹੈ। ਸਭਨਾ ਸਾਰ ਕਰੀ ਜਗ ਜੀਵਨ, ਜਗਤ ਦਾ ਜੀਵਨ ਰੂਪ ਵਾਹਿਗੁਰੂ ਸਾਰਿਆਂ ਜੀਵਾਂ ਦੀ ਸੰਭਾਲ ਕਰਦਾ ਹੈ, ਹਰ ਇੱਕ ਜੀਵ ਜੰਤੂ ਦੀ ਉਸ ਮਾਲਕ ਦੀ, ਮਾਲਕ ਨੂੰ ਸੋਝੀ ਹੈ ਸੰਭਾਲ ਕਰਨ ਦੀ। ਜਿੱਥੋਂ ਤਾਈਂ ਸਾਡੀ ਪਹੁੰਚ ਵੀ ਨਹੀਂ, ਅਸੀਂ ਵੇਖ ਨਹੀਂ ਸਕਦੇ, ਉੱਥੇ ਵੀ ਮਾਲਕ ਜੀਵ ਜੰਤੂਆਂ ਦੀ ਸੰਭਾਲ ਕਰਦਾ ਹੈ। ਜਿਨ ਆਪਣਾ ਆਪ ਪਛਾਤਾ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਪਰ ਇਹ ਗਿਆਨ ਉਹਨਾਂ ਨੂੰ ਹੁੰਦਾ ਹੈ ਵੀ ਪਰਮੇਸ਼ੁਰ ਸੰਭਾਲ ਰਿਹਾ ਹੈ ਸਾਰਿਆਂ ਨੂੰ, ਜਿਨ੍ਹਾਂ ਨੇ ਪ੍ਰਭੂ ਪਰਮੇਸ਼ੁਰ ਨੂੰ ਆਪਣਾ ਰੂਪ ਕਰਕੇ ਪਛਾਤਾ ਹੈ, ਪਛਾਣਨਾ ਕੀਤਾ ਵੀ ਮਾਲਕ ਜਿਹੜਾ ਹੈ ਅਸੀਂ ਉਸੇ ਦੀ ਅੰਸ਼ ਹਾਂ, ਉਹ ਉਸ ਜੋਤੀ ਸਰੂਪ ਦੇ ਵਿੱਚੋਂ ਹੀ ਸਾਡੀ ਆਤਮਾ ਪਰਮਾਤਮਾ ਇੱਕੋ ਹੀ ਹੈ। ਜਿਨ੍ਹਾਂ ਨੇ ਆਪਣਾ ਆਪ ਰੂਪ ਜਾਣ ਲਿਆ ਹੈ ਪਰਮੇਸ਼ੁਰ ਨੂੰ, ਉਹਨਾਂ ਨੂੰ ਸੋਝੀ ਹੋਈ ਹੈ ਵੀ ਦਰਿਆਵਾਂ ਸਮੁੰਦਰਾਂ ਦੇ ਡੂੰਘੇ ਪਾਣੀਆਂ ਦੇ ਵਿੱਚ ਜਿੱਥੇ ਕੋਈ ਪਹੁੰਚ ਨਹੀਂ ਸਕਦਾ, ਅਤੇ ਪਰਬਤਾਂ ਦੀ ਚੋਟੀ ਤਾਰਿਆਂ ਦੀ ਉਚਾਈ ਤੀਕਰ ਜਿੱਥੇ ਕਿਸੇ ਦੀ ਨਿਗਾਹ ਵੀ ਨਹੀਂ ਜਾ ਸਕਦੀ ਵੀ ਉੱਥੇ ਵੱਸਦਾ ਕੀ ਅਸਲ ਵਿੱਚ, ਉੱਥੇ ਵੀ ਪਰਮੇਸ਼ੁਰ ਹੀ ਸੰਭਾਲ ਕਰਦਾ ਹੈ ਸਾਰਿਆਂ ਦੀ, ਇਹ ਗਿਆਨੀਆਂ ਨੂੰ ਸੋਝੀ ਹੋਈ ਹੈ। ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ। ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਜਿਨ ਜਿਸ ਪਰਮੇਸ਼ੁਰ ਨੇ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਸ਼ਿਵਜੀ ਆਦਿਕ ਐਸੇ ਹੋਰ ਅਨੇਕਾਂ ਹੀ ਦੇਵਤੇ ਪੈਦਾ ਕੀਤੇ ਹਨ। ਸਿਰ ਸਿਰ ਧੰਦਾ ਆਪੇ ਲਾਏ, ਫਿਰ ਆਪ ਹੀ ਸਿਰ ਬਸਿਰ ਥਾਂ ਥਾਈ ਸਾਰਿਆਂ ਨੂੰ ਧੰਦਿਆਂ ਵਿੱਚ ਪਰਮੇਸ਼ੁਰ ਨੇ ਆਪ ਹੀ ਲਾਉਣਾ ਕੀਤਾ ਹੈ ਇਹਨਾਂ ਜੀਵਾਂ ਨੂੰ। ਜਿਸ ਭਾਵ ਹੈ ਤਿਸ ਆਪੇ ਮਿਲੇ, ਜਿਹਦੀ ਸ਼ਰਧਾ ਵਾਹਿਗੁਰੂ ਨੂੰ ਭਾ ਜਾਂਦੀ, ਮਾਲਕ ਨੂੰ ਚੰਗੀ ਲੱਗਦੀ ਹੈ, ਤਿਸ ਆਪੇ ਮਿਲੇ, ਉਹਨੂੰ ਆਪ ਹੀ ਆਪਣੇ ਸਰੂਪ ਨਾਲ ਮੇਲ ਲੈਂਦਾ ਹੈ ਗੁਰਾਂ ਦੁਆਰਾ। ਜਿਨ ਗੁਰਮੁਖ ਏਕੋ ਜਾਤਾ, ਮੇਲਦਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਜਿਹਨ ਗੁਰਮੁਖ ਏਕੋ ਜਾਤਾ ਹੈ, ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਇੱਕ ਅਦਵੈਤ ਸਰੂਪ ਪਰਮੇਸ਼ੁਰ ਨੂੰ ਜਾਣਿਆ ਹੈ, ਉਹ ਤਰ ਗਏ ਹਨ, ਉਹਨਾਂ ਨੂੰ ਆਪਣੇ ਨਾਲ ਮਿਲਿਆ ਹੈ। ਆਵਾ ਗੌਣ ਹੈ ਸੰਸਾਰਾ, ਸਾਧ ਸੰਗਤ ਉਂਝ ਤਾਂ ਇਹ ਜਿਹੜਾ ਜਗਤ ਹੈ ਨਾ ਸਾਰਾ, ਇਹ ਆਵਾ ਗਾਉਣ ਆਉਣ ਜਾਣ ਵਾਲਾ ਹੀ ਹੈ, ਚੱਕਰ ਹੀ ਹੈ, ਬਣਿਆ ਰਹਿੰਦਾ ਏ। ਮਾਇਆ ਮੋਹ ਬਹੁਤ ਚਿਤੈ ਵਿਕਾਰਾ, ਮਾਇਆ ਦੇ ਮੋਹ ਵਿੱਚ ਪਿਆ ਹੋਇਆ ਜੀਵ ਜਿਹੜਾ ਹੈ ਨਾ, ਬਹੁਤ ਚਿਤੈ ਵਿਕਾਰਾ, ਬਹੁਤੇ ਵਿਕਾਰਾਂ ਨੂੰ ਹੀ ਚਿਤੇ ਚਿਤਵਦਾ ਰਹਿੰਦਾ, ਸੋਚਦਾ ਰਹਿੰਦਾ ਵੀ ਆਹ ਕਰ ਲਾ ਉਹ ਕਰ ਲਾ, ਕੋਈ ਚੰਗੀ ਉਹ ਗੱਲ ਸੋਚਦਾ ਹੀ ਨਹੀਂ ਮਾਇਆ ਦੇ ਮੋਹ ਵਿੱਚ ਫਸ ਕੇ। ਫਿਰ ਸਾਚਾ ਸਾ ਲਾਹੀ ਸਦ ਹੀ, ਫਿਰ ਸਾਚਾ ਸਾ ਲਾਹੀ ਸਦ ਹੀ, ਉਹ ਸਦਾ ਹੀ ਹਮੇਸ਼ਾ ਰਹਿਣ ਵਾਲਾ ਸਥਿਤ ਰਹਿਣ ਵਾਲਾ ਸੱਚਾ ਪਰਮੇਸ਼ਰ ਹੈ, ਉਹ ਸੱਚੇ ਨੂੰ ਸਦਾ ਹੀ ਸਲਾਉਂਦੇ ਰਹੀਏ ਭਾਈ,
ਉਹਦੀ ਸਿਫਤ ਕਰੀਏ ਮਹਾਰਾਜ ਕਹਿੰਦੇ ਜਿਨ ਗੁਰ ਕਾ ਸ਼ਬਦ ਪਛਾਤਾ ਹੈ। ਪਰ ਉਹ ਸਲਾਉਂਦੇ ਰਹਿੰਦੇ ਨੇ ਸਿਰ ਸਾਚਾ ਸਾ ਲਾਹੀ ਸਦ ਹੀ, ਉਹ ਸਥਿਤ ਰੂਪ ਪਰਮੇਸ਼ਰ ਨੂੰ ਸਦਾ ਸਲਾਉਂਦੇ ਹਨ ਜਿਨ ਗੁਰ ਕਾ ਸ਼ਬਦ ਪਛਾਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਉਪਦੇਸ਼ ਨੂੰ ਪਛਾਣਨਾ ਕੀਤਾ ਹੈ ਵੀ ਇਹ ਮਹਾਰਾਜ ਦੀ ਬਾਣੀ ਸਾਡੀ ਵਾਸਤੇ ਕਲਿਆਣਕਾਰੀ ਸਾਡੇ ਭਲੇ ਲਈ ਉਚਾਰੀ ਗਈ ਹੈ। ਇੱਕ ਮੂਲ ਲੱਗੇ ਓਨੇ ਸੁਖ ਪਾਇਆ। ਇੱਕ ਗੁਰਮੁਖ ਨੇ ਜਿਹੜੇ ਮੂਲ ਲੱਗੇ, ਮੂਲ ਕੀ ਹੈ, ਮੁੱਢ, ਜੜ੍ਹਾਂ ਦੇ ਨਾਲ ਜੜ ਰੂਪ ਪਰਮਾਤਮਾ ਦੇ ਨਾਲ ਉਹਦੇ ਸਿਮਰਨ ਭਜਨ ਵਿੱਚ ਲੱਗੇ ਹੋਏ ਹਨ, ਓਨੀ ਸੁਖ ਪਾਇਆ। ਉਹਨਾਂ ਗੁਰਮੁਖਾਂ ਨੇ ਆਤਮਕ ਸੁਖ ਪਾਉਣਾ ਕੀਤਾ ਜਿਹੜੇ ਮੁੱਢ ਨਾਲ ਜੁੜੇ ਹਨ। ਡਾਲੀ ਲਾਗੇ ਤਿਨੀ ਜਨਮ ਗਵਾਇਆ। ਇੱਕ ਜੋ ਕਈ ਡਾਲੀ ਟਾਹਣੀਆਂ ਦੇ ਨਾਲ ਲੱਗੇ ਨੇ, ਭਾਵ ਦੇਵੀ ਦੇਵਤਿਆਂ ਮੜੀਆਂ ਕਬਰਾਂ ਦੀ ਪੂਜਾ ਕਰਨੀ ਜੋ ਹੈ, ਪਦਾਰਥਾਂ ਦੀ ਇੱਛਾ ਰੱਖਣੀ, ਇਹ ਡਾਲੀਆਂ ਟਹਿਣੀਆਂ ਹਨ। ਕਈ ਟਹਿਣੀਆਂ ਨਾਲ ਲੱਗੇ ਜੁੜੇ ਹੋਏ ਹਨ ਜਿਨੀ ਜਨਮ ਗਵਾਇਆ। ਉਹਨਾਂ ਨੇ ਆਪਣਾ ਮਨੁੱਖਾ ਜਨਮ ਜਿਹੜਾ ਅਮੋਲਕ ਹੈ ਉਹ ਵਿਅਰਥ ਹੀ ਗਵਾ ਲਿਆ ਹੈ, ਅਜਾਹੀ ਗਵਾ ਲਿਆ ਏ ਅੰਮ੍ਰਿਤ। ਇਹ ਪ੍ਰਮਾਣ ਮਹਾਰਾਜ ਨੇ ਉਹ ਦਿੱਤਾ ਵੀ ਜਿਵੇਂ ਕੋਈ ਜੜੇ ਪਾਣੀ, ਜੜ੍ਹ 'ਚ ਪਾਣੀ ਪਾਉਂਦਾ ਹੈ ਤਾਂ ਉਹਨੂੰ ਫਿਰ ਕਈ ਕੁਝ ਮਿਲਦਾ ਰੁੱਖ ਕੋਲ, ਕਈ ਟਹਿਣੀਆਂ ਨੂੰ ਸਾਫ਼ ਕਰਦੇ ਪਰ ਜੜ੍ਹਾਂ ਸੁੱਕ ਜਾਂਦੀਆਂ। ਐਵੇਂ ਪਰਮੇਸ਼ਰ ਹੈ ਅਕਾਲ ਪੁਰਖ ਜੜ ਰੂਪ, ਜੜ ਰੂਪ ਤੋਂ ਭਾਵ ਇੱਥੇ ਵੀ ਮੂਲ ਮੁੱਢ ਰੂਪ, ਅਤੇ ਜਿਹੜਾ ਮੁੱਢ ਨਾਲ ਜੁੜਦਾ ਹੈ ਉਹ ਸੁਖੀ ਰਹਿੰਦਾ ਹੈ, ਜਿਹੜਾ ਮਾਇਆ ਨਾਲ ਦੇਵਤਿਆਂ ਨਾਲ ਜੁੜਦਾ ਹੈ ਉਹ ਜਨਮ ਗਵਾ ਕੇ ਦੁਖੀ ਰਹਿੰਦਾ ਹੈ। ਅੰਮ੍ਰਿਤ ਫਲ ਤਿੰਨ ਜਨ ਕਉ ਲਾਗੇ। ਉਹਨਾਂ ਗੁਰਮੁਖ ਜਨਾਂ ਨੂੰ ਗਿਆਨ ਵੈਰਾਗ ਬ੍ਰਹਮਾਨੰਦ ਰੂਪੀ ਅੰਮ੍ਰਿਤ ਫਲ ਲੱਗਦੇ ਹਨ, ਉਹਨਾਂ ਨੂੰ ਹੀ ਫਲ ਪ੍ਰਾਪਤ ਹੁੰਦਾ ਹੈ ਅੰਮ੍ਰਿਤ। ਜੋ ਬੁੱਲ ਹੈ ਅੰਮ੍ਰਿਤ ਬਾਤਾ, ਜਿਹੜੇ ਅੰਮ੍ਰਿਤ ਨਾਮ ਦੀਆਂ ਬਾਤਾਂ ਗੱਲਾਂ ਨੂੰ ਬੋਲਦੇ ਹਨ, ਭਾਵ ਵਾਹਿਗੁਰੂ ਦਾ ਜਸ ਕਰਦੇ ਨੇ। ਹਮ ਗੁਣ ਨਾਹੀ ਕਿਆ ਬੁੱਲ ਹੈ ਬੋਲ। ਹੇ ਸੱਚੇ ਪਾਤਸ਼ਾਹ, ਹੇ ਵਾਹਿਗੁਰੂ, ਹਮ ਤੋਂ ਭਾਵ ਮੇਰੇ ਵਿੱਚ, ਸਾਡੇ ਜੀਵਾਂ ਦੇ ਵਿੱਚ ਕੋਈ ਵੀ ਮਹਾਰਾਜ ਗੁਣ ਨਹੀਂ ਹੈ। ਮੈਂ ਤੇਰੇ ਸਨਮੁਖ ਕੀ ਬੋਲ ਬੋਲਣਾ ਕਰਾਂ, ਕੀ ਮਹਾਰਾਜ ਆਪਣਾ ਦੱਸਾਂ, ਤੇਰੇ ਜਸ ਨੂੰ ਕੀ ਕਥਨ ਕਰਾਂ। ਤੂੰ ਸਭਨਾ ਦਿਖ ਹੈ ਤੁਲ ਹੈ ਤੋਲ, ਤੂੰ ਸਾਰਿਆਂ ਦੀ ਕਰਨੀ ਨੂੰ ਵੇਖਦਾ ਹੈ, ਤੁਲ ਹੈ ਤੋਲ, ਅਤੇ ਉਹਨਾਂ ਜੀਵਾਂ ਦੇ ਕਰਮਾਂ ਦੇ ਤੋਲ ਵਿਚਾਰ ਨੂੰ ਤੋਲਦਾ ਵਿਚਾਰਦਾ ਵੀ ਤੁਲ ਹੈ ਤੋਲ, ਤੋਲ ਕੇ ਵੇਖਦਾ ਵੀ ਇਹਦੇ ਜੀਵਨ ਕੈਸਾ ਹੈ, ਕਿਹੋ ਜਿਹੇ ਕਰਮ ਕੁਮਾਰੇ ਨੇ। ਇਵੇਂ ਮਹਾਰਾਜ ਤੂੰ ਸਾਰਿਆਂ ਦੀ ਪਰਖ ਕਰਦਾ ਹੈ, ਸਭ ਨੂੰ ਵੇਖਦਾ ਹੈ। ਜੋ ਭਾਵੈ ਤਿਉ ਰੱਖ ਹੈ ਰਹਿਣਾ, ਜਿਵੇਂ ਮਹਾਰਾਜ ਤੈਨੂੰ ਭਾਉਂਦਾ ਹੈ ਤਿਉ ਰੱਖ ਹੈ ਰਹਿਣਾ, ਤਿਵੇਂ ਤੂੰ ਰੱਖੇ ਰੱਖਦਾ ਏ, ਅਤੇ ਸਾਡਾ ਵੀ ਤੇਰੇ ਹੁਕਮ 'ਚ ਉਸੇ ਤਰ੍ਹਾਂ ਹੀ ਰਹਿਣਾ ਹੁੰਦਾ ਹੈ ਜਿਵੇਂ ਤੈਨੂੰ ਚੰਗਾ ਲੱਗੇ। ਗੁਰਮੁਖ ਏਕੋ ਜਾਤਾ, ਜਿਹੜੇ ਗੁਰੂ ਦੇ ਸਨਮੁਖ ਨੇ ਉਹਨਾਂ ਜਨਾਂ ਨੇ ਤੈਨੂੰ ਇੱਕ ਸਰੂਪ, ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਆਪਣਾ ਕਰਕੇ ਜਾਣਨਾ ਕੀਤਾ, ਆਪਣਾ ਆਸਰਾ ਜਾਣਿਆ ਏ। ਜਾ ਤੁਦ ਭਾਣਾ ਤਾਂ ਸੱਚੀ ਕਾਰੈ ਲਾਏ। ਜਾ ਤੁਦ ਭਾਣਾ, ਹੇ ਮਹਾਰਾਜ, ਜਦੋਂ ਤੈਨੂੰ ਭਾਣਾ ਭਾ ਗਿਆ ਚੰਗਾ ਲੱਗਦਾ ਹੈ, ਜਾਂ ਜਦੋਂ ਤੇਰਾ ਭਾਣਾ ਹੁਕਮ ਹੁੰਦਾ ਏ ਤਾਂ ਸੱਚੀ ਕਾਰੈ ਲਾਏ, ਤਦੋਂ ਹੀ ਤੂੰ ਜੀਵਾਂ ਨੂੰ ਆਪਣੀ ਭਗਤੀ ਕਰਨ ਰੂਪੀ, ਸਿਮਰਨ ਕਰਨ ਰੂਪੀ ਸੱਚੀ ਕਾਰ ਕਮਾਈ ਚ ਲਾਉਣਾ ਕਰਦਾ ਏ। ਅਵਗਣ ਛੋੜ ਗੁਣ ਮਾਹੇ ਸਮਾਏ। ਅਵਗਣ ਛੋੜ, ਫਿਰ ਉਹ ਗੁਣਾਹਾਂ ਨੂੰ, ਅਵਗੁਣਾਂ ਨੂੰ ਛੱਡ ਕੇ ਗੁਣ ਮਾਹੇ ਸਮਾਏ, ਤੇਰੇ ਗੁਣਾਂ ਦੇ ਵਿੱਚ ਹੀ ਸਮਾਏ, ਭੇਦ ਹੋ ਜਾਂਦੇ, ਭਾਵ ਅਵਗੁਣ ਨਹੀਂ ਕਰਦੇ, ਤੇਰੇ ਗੁਣ ਗਾਉਂਦੇ ਨੇ। ਜਾਂ ਅਵਗਣ ਛੋੜ, ਉਹਨਾਂ ਨੂੰ ਅਵਗੁਣ ਗੁਣਾਹ ਛੱਡ ਕੇ ਚਲੇ ਜਾਂਦੇ ਨੇ,
ਅਤੇ ਗੁਣ ਜਿਹੜੇ ਹਨ ਉਹਨਾਂ ਦੇ ਹਿਰਦੇ ਸ਼ੁੱਭ ਆ ਕੇ ਸਮਾ ਗਏ ਹਨ, ਸਮਾ ਜਾਂਦੇ ਹਨ। ਗੁਣ ਮਹਿ ਏਕੋ ਨਿਰਮਲ ਸਾਚਾ, ਸਤ ਸੰਤੋਖ ਦਇਆ ਧਰਮ ਆਦਿਕ ਜਿਹੜੇ ਗੁਣ ਹਨ ਉਹਨਾਂ ਦੇ ਵਿੱਚ ਚਿੱਤ ਜੋੜਨ ਨਾਲ ਏਕੋ ਇੱਕੋ ਜੋ ਅਦਵੈਤ ਸਰੂਪ ਸਾਚਾ ਸੱਚਾ ਦੇ ਨਿਰਮਲ ਉੱਜਲ ਪ੍ਰਭੂ ਹੈ। ਗੁਰ ਕੈ ਸ਼ਬਦ ਪਛਾਤਾ, ਉਹਨਾਂ ਨੇ ਗੁਰਾਂ ਦੇ ਉਪਦੇਸ਼ ਵਿੱਚ ਜੁੜ ਕੇ ਪਛਾਤਾ ਪਛਾਣ ਲਿਆ ਹੈ ਜਾਂ ਗੁਣ ਮਹਿ ਏਕੋ ਨਿਰਮਲ ਸਾਚਾ, ਗੁਣਾਂ ਦੇ ਵਿੱਚ ਜੋੜ ਚਿੱਤ ਜੋੜਿਆ ਇਹ ਗੱਲ ਦੀ ਪਤਾ ਸਮਝ ਪੈਂਦੀ ਹੈ ਵੀ ਇੱਕੋ ਹੀ ਹੈ ਪਰਮੇਸ਼ੁਰ, ਉਹਦੇ ਵਿੱਚ ਮੈਲ ਵੀ ਕੋਈ ਨਹੀਂ ਹੈ ਅਤੇ ਫਿਰ ਉਹ ਸੱਚਾ ਹੈ। ਪਰ ਇਹ ਗੱਲ ਨੂੰ ਗੁਰਾਂ ਦੇ ਸ਼ਬਦ ਵਿੱਚ ਜੁੜਨੇ ਕਰਕੇ ਹੀ ਪਛਾਣੀ ਦਾ ਹੈ, ਗੁਰੂ ਦੀ ਸਿੱਖਿਆ ਗੁਰਾਂ ਦੀ ਬਾਣੀ ਦੇ ਨਾਲ ਹੀ ਗੱਲ ਸਮਝੀ ਦੀ ਹੈ। ਜਹਿ ਦੇਖਾ ਤਹਿ ਏਕੋ ਸੋਈ, ਤੀਸਰੇ ਪਾਤਸ਼ਾਹ ਕਹਿੰਦੇ ਵੀ ਮੈਂ ਤਾਂ ਜਿੱਥੇ ਵੀ ਵੇਖਦਾ ਹਾਂ ਨਾ ਤਹਿ ਏਕੋ, ਉੱਥੇ ਇੱਕੋ ਹੀ ਹੈ ਅਤੇ ਸੋਈ ਉਹੀ ਪਰਮੇਸ਼ੁਰ ਵਿਆਪਕ ਹੋ ਰਿਹਾ ਹੈ। ਦੂਜੀ ਦੁਰਮਤ ਸ਼ਬਦ ਖੋਈ, ਜਿਹੜੀ ਦੂਜੀ ਦਵੈਤ ਪਾਉਣ ਵਾਲੀ ਦੁਰਮਤ ਖੋਟੀ ਮਤ ਸੀ ਨਾ, ਮਾਇਆ ਵਾਲਾ ਹੋਰ ਪਾਸੇ ਵਾਲਾ ਪ੍ਰੇਮ ਜਿਹਦੇ ਨਾਲ ਪੈਂਦਾ, ਉਹ ਅਕਲ ਸ਼ਬਦ ਖੋਈ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਖੋਈ ਖੋਈ ਲਈ ਨਾਸ ਹੀ ਕਰ ਲਈ ਹੈ, ਭਾਵ ਕੇ ਭੈੜੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਧਾਰ ਲਈ ਹੈ। ਏਕ ਸਮਹਿ ਪ੍ਰਭ ਏਕ ਸਮਾਣਾ, ਮਹਾਰਾਜ ਕਹਿੰਦੇ ਏਕ ਸਮਹਿ, ਏਕ ਕੀ ਹੈ ਇੱਕ ਸੰਸਾਰ ਦੇ ਵਿੱਚ ਪ੍ਰਭ ਏਕ ਸਮਾਣਾ, ਇੱਕ ਅਦਵੈਤ ਸਰੂਪ ਪਰਮੇਸ਼ਰ ਹੀ ਸਮਾਣਾ ਸਮਾਇਆ ਹੋਇਆ ਵਿਆਪਕ ਹੋਇਆ ਹੈ, ਜਾਣਨਾ ਕਰੋ। ਆਪਣੇ ਰੰਗ ਸਦ ਰਾਤਾ, ਉਹ ਪਰਮੇਸ਼ਰ ਆਪਣੇ ਆਪ ਦੇ ਰੰਗ ਆਨੰਦ ਵਿੱਚ ਹੀ ਹਮੇਸ਼ਾ ਰੰਗਿਆ ਰਹਿੰਦਾ ਹੈ। ਕਾਇਆ ਕਮਲ ਹੈ ਕੁਮਲਾਣਾ, ਕਾਇਆ ਕਮਲ, ਕਾਇਆ ਸਰੀਰ ਰੂਪੀ ਜਿਹੜਾ ਕਮਲ ਹੈ ਨਾ, ਜਿਵੇਂ ਯੁਵਾ ਅਵਸਥਾ ਰੂਪੀ ਪੰਖੜੀਆਂ ਪਰਾਲਬਧ ਰੂਪੀ ਸੂਰਜ ਦੀਆਂ ਕਿਰਨਾਂ ਦੇ ਨਾਲ ਖਿੜ ਰਿਹਾ ਹੈ, ਹੈ ਕੁਮਲਾਣਾ, ਉਹ ਜਦੋਂ ਬਿਰਧ ਅਵਸਥਾ ਰੂਪੀ ਰਾਤ ਹੋਈ ਤੇ ਕੁਮਲਾ ਜਾਂਦਾ ਮੁਰਝਾ ਜਾਂਦਾ ਭਾਵ ਖਤਮ ਹੋ ਜਾਂਦਾ ਹੈ ਸਰੀਰ। ਮਨਮੁਖ ਸ਼ਬਦ ਨਾ ਬੁੱਝੈ ਇਹ ਆਣਾ, ਫਿਰ ਵੀ ਮਨਮੁਖ ਗੁਰਾਂ ਦੇ ਸ਼ਬਦ ਨੂੰ ਬੁੱਝਦਾ ਹੀ ਨਹੀਂ ਹੈ, ਗੁਰਾਂ ਦੀ ਸਿੱਖਿਆ ਨੂੰ ਇਹ ਆਣਾ ਅਗਿਆਤ ਪੁਣੇ ਵਿੱਚ ਸਮਝਦਾ ਹੀ ਨਹੀਂ ਹੈ। ਜਾਂ ਕਾਇਆ ਕਮਲ, ਜੋ ਕਾਇਆ ਤੋਂ ਭਾਵ ਹੈ ਸਾਧ ਸੰਗਤ ਸੂਖਮ ਸਰੀਰ, ਸੂਖਮ ਸਰੀਰ ਤੋਂ ਭਾਵ ਲੈਣਾ ਹਿਰਦਾ, ਜਿਹੜਾ ਹਿਰਦਾ ਕਮਲ ਹੈ ਮਨਮੁਖਾਂ ਦਾ, ਉਹ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਬੇਮੁਖ ਹੋਣ ਕਰਕੇ ਕੁਮਲਾਇਆ ਹੋਇਆ ਰਹਿੰਦਾ ਹੈ ਹਰ ਸਮੇਂ, ਕਿਉਂਕਿ ਮਨਮੁਖ ਸ਼ਬਦ ਨਾ ਬੁੱਝੈ ਇਹ ਆਣਾ, ਅਗਿਆਨੀ ਮਨਮੁਖ ਪੁਰਖ ਗੁਰਾਂ ਦੇ ਸ਼ਬਦ ਨੂੰ ਗੁਰਾਂ ਦੀ ਬਾਣੀ ਨੂੰ ਬੁੱਝਦਾ ਹੀ ਨਹੀਂ ਹੈ, ਗੁਰਸਿੱਖਿਆ ਦੇ ਚੱਲਣਾ ਸਮਝਦਾ ਨਹੀਂ ਹੈ। ਗੁਰ ਪ੍ਰਸਾਦੀ ਕਾਇਆ ਖੋਜੀ, ਜਿਹੜਾ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਣੀ ਕਾਇਆ ਦੇਹੀ ਨੂੰ ਖੋਜਣਾ ਕਰਦਾ, ਭਾਵ ਦੇਹੀ ਵਿੱਚੋਂ ਪਰਮੇਸ਼ਰ ਦੇ ਦਰਸ਼ਨ ਕਰਨ ਲਈ ਅੰਦਰ ਨੂੰ ਧਿਆਨ ਕਰਦਾ ਹੈ। ਆਏ ਜਗ ਜੀਵਨ ਦਾਤਾ, ਉਹ ਸਾਰੇ ਜਗਤ ਦਾ ਜੀਵਨ ਰੂਪ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਤਾਰ ਪ੍ਰਭੂ ਨੂੰ ਪਾ ਲੈਂਦਾ ਹੈ। ਕੋਟ ਗਹੀ ਕੇ ਪਾਪ ਨਿਵਾਰੇ, ਕੋਟ ਗਹੀ ਕੇ, ਕੋਟ ਸਰੀਰ ਰੂਪੀ ਕਿਲਾ, ਗਹੀ ਨਾਮ ਹੈ ਇਹਨੂੰ ਪਕੜਨ ਵਾਲੇ ਗ੍ਰਸਣ ਵਾਲੇ ਜਿਹੜੇ ਪਾਪ ਸਨ, ਤੋ ਗੁਰਮੁਖਾਂ ਨੇ ਪ੍ਰਭੂ ਕੋਟ ਗਹੀ ਕੇ ਸਰੀਰ ਰੂਪੀ ਕਿਲੇ ਨੂੰ ਫੜਨ ਵਾਲੇ ਦੁਖੀ ਕਰਨ ਵਾਲੇ ਜਿਹੜੇ ਪਾਪ ਸਨ ਉਹ ਗੁਰਮੁਖਾਂ ਦੇ ਪਰਮੇਸ਼ਰ ਨੇ ਨਿਵਾਰ ਦਿੱਤੇ,
ਨਿਵਿਰਤ ਕਰ ਦਿੱਤੇ ਹਨ, ਪਾਪਾਂ ਦਾ ਭਾਰ ਗਲੋਂ ਲਾਹ ਦਿੱਤਾ ਏ। ਸਦਾ ਹਰ ਜੀਉ ਰਾਖੈ ਉਰ ਧਾਰੇ, ਸਦਾ ਹਰ ਜੀਉ ਰਾਖੈ ਉਰ ਧਾਰੇ। ਕਿੰਨਾ ਦੇ ਪਾਪ ਲਾਏ ਨੇ ਜਿਹੜਾ ਹਮੇਸ਼ਾ ਹੀ ਹਰ ਜੀ ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖਦੇ, ਭਾਵ ਹਿਰਦੇ ਦੇ ਅੰਦਰ ਵਸਾ ਕੇ ਰੱਖਦੇ ਹਨ। ਜੋ ਇੱਛੇ ਸੋਈ ਫਲ ਜਾਂ ਕੋਟ ਗਹੀ ਕੇ ਗਹੀ ਨਾਮ ਸਾਧ ਸੰਗਤ ਗ੍ਰਹਿ ਵੀ ਹੈ, ਭਾਵ ਜੰਮਣ ਮਰਨ ਦੇ ਜਿਹੜੇ ਕਾਰਨ ਬਣਦੇ ਸਨ ਪਾਪ, ਜਿਹੜੇ ਜਿਵੇਂ ਆਉਂਦੇ ਨਾ ਇਹਨੂੰ ਗ੍ਰਹਿਣ ਲੱਗ ਗਿਆ, ਇਵੇਂ ਜਿਹੜਾ ਸਰੀਰ ਨੂੰ ਗ੍ਰਹਿਣ ਹੀ ਲੱਗਣਾ ਸੀ ਨਾ ਜੰਮਣ ਮਰਨ ਦਾ ਵਾਰ ਵਾਰ, ਇਹ ਜਿੰਨੇ ਵੀ ਜੰਮਣ ਮਰਨ ਦੇ ਵਿੱਚ ਪਾਉਣ ਵਾਲੇ ਪਾਪਾਂ ਰੂਪੀ ਗ੍ਰਹਿਣ ਸਨ, ਇਹ ਪਰਮੇਸ਼ਰ ਨੇ ਉਹਨਾਂ ਗੁਰਮੁਖਾਂ ਦੇ ਨਿਵਿਰਤ ਕਰ ਦਿੱਤੇ ਨੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਕੇ ਧਾਰਨ ਕਰਕੇ ਰੱਖਿਆ ਹੈ। ਜੋ ਇੱਛੇ ਸੋਈ ਫਲ ਪਾਏ, ਉਹ ਗੁਰਮੁਖ ਫਿਰ ਜੋ ਇੱਛੇ ਜੋ ਕੁਝ ਵੀ ਇੱਛਾ ਕਰਦੇ ਨੇ ਸੋਈ ਫਲ ਪਾਏ, ਉਹੀ ਫਲ ਧਰਮ ਅਰਥ ਕਾਮ ਮੋਖ ਇਹ ਸਾਰੇ ਫਲਾਂ ਨੂੰ ਪ੍ਰਾਪਤ ਕਰਦੇ ਹਨ। ਜਿਉਂ ਰੰਗ ਮਜੀਠੈ ਰਾਤਾ ਹੈ, ਗੁਰਮੁਖਾਂ ਦਾ ਮਨ ਵਾਹਿਗੁਰੂ ਦੀ ਭਗਤੀ ਵਿੱਚ ਇਉਂ ਰੰਗਿਆ ਜਾਂਦਾ, ਐਵੇਂ ਬੰਦਗੀ ਕਰਨ ਵਿੱਚ ਸਦਾ ਜੁੜੇ ਰਹਿੰਦੇ ਨੇ, ਜਿਵੇਂ ਮਜੀਠੀ ਰੰਗ ਦੇ ਨਾਲ ਰੰਗਿਆ ਹੋਇਆ ਵਸਤਰ ਹੈ, ਪਾੜ ਜਾਵੇ ਪਾਟਣੋਂ ਰੰਗ ਨਹੀਂ ਲੈਂਦਾ, ਐਵੇਂ ਉਹ ਗੁਰਮੁਖ ਭਗਤੀ ਵਿੱਚ ਰੰਗੇ ਰਹਿੰਦੇ ਹਨ ਪੱਕੇ ਮਜੀਠੀ ਰੰਗ ਵਾਂਗ। ਮਨਮੁਖ ਗਿਆਨ ਕਥੇ ਨਾ ਹੋਏ, ਜਿਹੜੇ ਮਨ ਦੇ ਪਿੱਛੇ ਲੱਗਦੇ ਨੇ ਜਿਹੜੇ ਮਨਮੁਖ ਪੁਰਖ ਹਨ, ਗਿਆਨ ਕਥੇ ਉਹ ਮੁਖੋਂ ਦਾ ਗਿਆਨ ਦੀਆਂ ਗੱਲਾਂ ਬਹੁਤ ਕਥਨ ਕਰਦੇ ਨੇ ਨਾ ਹੋਈ, ਪਰ ਉਹਨਾਂ ਨੂੰ ਆਪਣੇ ਆਪ ਨੂੰ ਮਹਾਰਾਜ ਕਹਿੰਦੇ ਵੀ ਆਪ ਗਿਆਨ ਦੀ ਧਾਰਨਾ ਨਹੀਂ ਹੁੰਦੀ, ਗਿਆਨ ਅੰਦਰ ਧਾਰਨ ਨਹੀਂ ਕਰਦੇ, ਗੱਲਾਂ ਗਿਆਨ ਦੀਆਂ ਕਰਦੇ, ਜਾਂ ਉਹਨਾਂ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਕੇਵਲ ਕਸਦੇ ਹੀ ਹਨ ਗਿਆਨ। ਫਿਰ ਫਿਰ ਆਵੇ ਠੌਰ ਨਾ ਕੋਈ, ਤੇ ਗਿਆਨ ਦੇ ਕੇਵਲ ਕਥਨੇ ਕਰਨ ਮਾਤਰ ਦੇ ਨਾਲ ਕਲਿਆਣ ਤੇ ਨਹੀਂ ਨਾ ਹੋ ਜਾਂਦੀ, ਇਸੇ ਕਰਕੇ ਫਿਰ ਫਿਰ ਆਵੇ, ਉਹ ਫਿਰ ਫਿਰ ਮੁੜ ਮੁੜ ਕੇ ਜੂਨਾਂ ਦੇ ਵਿੱਚ ਆਉਂਦੇ ਹਨ, ਠੌਰ ਨਾ ਕੋਈ, ਉਹਨਾਂ ਨੂੰ ਕੋਈ ਠਹਿਰਨ ਵਾਸਤੇ ਸਰੀਰ ਰੂਪੀ ਥਾਂ ਨਹੀਂ ਮਿਲਦੀ, ਇੱਕ ਸਰੀਰ ਪੂਰਾ ਦੂਜੇ 'ਚ ਵਾਹਿਗੁਰੂ ਦੇ ਚਰਣਾਂ ਦੇ ਵਿੱਚ ਸਾਧ ਸੰਗਤ ਦੇ ਵਿੱਚ ਅਸਥਿਤੀ ਨਹੀਂ ਮਿਲਦੀ, ਠਹਿਰਨ ਵਾਸਤੇ ਥਾਂ ਨਹੀਂ ਮਿਲਦੀ ਕੋਈ, ਇਵੇਂ ਮੁੜ ਮੁੜ ਕੇ ਜੂਨਾਂ ਦੇ ਵਿੱਚ ਹੀ ਪਏ ਰਹਿੰਦੇ ਹਨ ਮਨਮੁਖ। ਗੁਰਮੁਖ ਗਿਆਨ ਸਦਾ ਸਾਲਾਹੇ, ਗੁਰਮੁਖਾਂ ਕੋਲ ਮਹਾਰਾਜ ਕਹਿੰਦੇ ਆਤਮਕ ਬ੍ਰਹਮ ਗਿਆਨ ਹੈ, ਪਰ ਉਹ ਇਹ ਨਹੀਂ ਕਹਿੰਦੇ ਵੀ ਹੁਣ ਸਾਨੂੰ ਗਿਆਨ ਹੋ ਗਿਆ ਅਤੇ ਅਸੀਂ ਸਿਮਰਨ ਬੰਦ ਕਰ ਦਈਏ, ਉਹ ਫਿਰ ਵੀ ਸਦਾ ਸਾਲਾਹੇ ਹਮੇਸ਼ਾ ਪਰਮੇਸ਼ਰ ਨੂੰ ਸਲਾਹੁੰਦੇ ਰਹਿੰਦੇ, ਉਹਦਾ ਨਾਮ ਜਪਦੇ ਹਨ। ਯੁਗ ਯੁਗ ਏਕੋ ਜਾਤਾ, ਗੁਰਮੁਖਾਂ ਨੇ ਯੁਗਾਂ ਯੁਗੰਤਰਾਂ ਦੇ ਵਿੱਚ ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਹੀ ਵੱਸਦਾ ਹੋਇਆ ਜਾਣਨਾ ਕੀਤਾ ਹੈ। ਮਨਮੁਖ ਕਾਰ ਕਰੇ ਸਭ ਦੁੱਖ ਸਵਾ, ਮਨਮੁਖ ਪੁਰਖ ਜਿਹੜੇ ਨੇ ਨਾ ਕੰਮ ਤਾਂ ਉਹ ਵੀ ਕਰਦੇ ਨੇ, ਪਰ ਕਰਮ ਐਸੇ ਕਰਦੇ ਨੇ ਸਭ ਦੁੱਖ ਸਬਾਏ, ਉਹ ਸਾਰੀ ਦੁੱਖ ਰੂਪ ਕਾਰ ਹੀ ਹੈ ਅਤੇ ਉਹਦੇ ਵਿੱਚ ਲੱਗਣ ਕਰਕੇ ਸਾਰੇ ਦੁੱਖ ਹੀ ਆ ਕੇ ਚਿੰਬੜਦੇ ਹਨ, ਐਸੇ ਕਰਮ ਹਨ ਮਨਮੁੱਖਾਂ ਦੇ ਵੀ ਕੰਮ ਵੀ ਦੁੱਖ ਰੂਪ ਹਨ ਅਤੇ ਆ ਕੇ ਚਿੰਬੜਦੇ ਵੀ ਉਹਨਾਂ ਨੂੰ ਦੁੱਖ ਹੀ ਨਹੀਂ ਸੁੱਖ ਨਹੀਂ ਮਿਲਦਾ। ਅੰਤਰ ਸ਼ਬਦ ਨਾਹੀ ਕਿਉ ਦਰ ਜਾਏ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਅੰਤਰ ਸ਼ਬਦ ਨਾਹੀ, ਉਹਨਾਂ ਦੇ ਹਿਰਦੇ ਵਿੱਚ ਗੁਰਾਂ ਦਾ ਸ਼ਬਦ ਉਪਦੇਸ਼ ਨਹੀਂ ਵੱਸਦਾ। ਗੁਰਮੁਖ ਦਰ ਜਾਏ, ਕਿਉਂ ਦਰ ਜਾਏ, ਕਿਉਂ ਕਿਵੇਂ ਕਰਕੇ ਉਹ ਵਾਹਿਗੁਰੂ ਦੇ ਦਰ ਦੇ ਉੱਤੇ
ਪਰਮੇਸ਼ਰ ਦੇ ਹਜ਼ੂਰ ਜਾਣਗੇ ਨਹੀਂ ਜਾ ਸਕਦੇ। ਗੁਰਮੁਖ ਸ਼ਬਦ ਵਸੈ ਮਨ ਸਾਚਾ, ਗੁਰਮੁਖਾਂ ਦੇ ਮਨ ਹਿਰਦੇ ਵਿੱਚ ਗੁਰਾਂ ਦਾ ਸੱਚਾ ਉਪਦੇਸ਼ ਵੱਸਦਾ ਸਦਾ। ਉਹ ਗੁਰਾਂ ਦੀ ਬਾਣੀ ਤੇ ਭਰੋਸਾ ਰੱਖਦੇ ਨੇ ਵੀ ਜੋ ਗੁਰਾਂ ਨੇ ਕਿਹਾ ਸੀ ਉਹਦੇ ਅਨੁਸਾਰ ਚੱਲਣਾ ਹੈ। ਸਾਧ ਸੇਵੇ ਸੁਖ ਦਾਤਾ ਹੈ, ਸਾਧ ਪੋਲਾ ਹੀ ਹੈ, ਸਾਧ ਸੇਵੇ ਸੁਖ ਦਾਤਾ ਹੈ। ਇਸ ਕਰਕੇ ਉਹ ਗੁਰਮੁਖ ਹਮੇਸ਼ਾ ਹੀ ਜੋ ਸੁੱਖਾਂ ਦਾ ਦਾਤਾ, ਸੁੱਖਾਂ ਦੇ ਦੇਣ ਵਾਲਾ ਪਰਮੇਸ਼ਰ ਹੈ, ਉਹਦਾ ਸਿਮਰਨ ਕਰਦੇ, ਉਹਨੂੰ ਚੇਤੇ ਕਰਦੇ ਰਹਿੰਦੇ ਹਨ। ਜਹ ਦੇਖਾ ਤੂੰ ਸਭਨੀ ਥਾਈ, 1052 ਅੰਗ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਹੇ ਵਾਹਿਗੁਰੂ, ਜਹ ਦੇਖਾ, ਮੈਂ ਜਿੱਥੇ ਵੀ ਵੇਖਦਾ ਹਾਂ ਤੂੰ ਸਭਨੀ ਥਾਈ, ਤੂੰ ਸਾਰੀਆਂ ਥਾਵਾਂ ਵਿੱਚ ਵਸਿਆ ਹੋਇਆ, ਸਭ ਥਾਵਾਂ ਵਿੱਚ ਵਿਆਪਕ ਹੀ ਦਿਖਦਾ ਹੈ। ਪੂਰੇ ਗੁਰ ਸਭ ਸੋਝੀ ਪਾਈ, ਪੂਰੇ ਗੁਰ ਪੂਰਨ ਸਤਿਗੁਰੂ ਸਾਹਿਬ ਜੀ ਨੇ ਸਭ ਸੋਝੀ ਪਾਈ। ਮਹਾਰਾਜ ਕਹਿੰਦੇ ਸਾਡੇ ਅੰਦਰ ਸਾਰੀ ਸੋਝੀ ਪਾਈ ਗਿਆਤ ਗੁਰੂ ਨਾਨਕ ਦੇਵ ਮਹਾਰਾਜ ਨੇ ਪਾ ਦਿੱਤੀ ਹੈ। ਨਾਮੋ ਨਾਮ ਧਿਆਈਐ ਸਦਾ ਸਦ, ਨਾਮੋ ਨਾਮ ਧਿਆਈਐ ਸਦਾ ਸਦ, ਹੇ ਪਰਮੇਸ਼ਰ ਸਦਾ ਸਦ ਹਮੇਸ਼ਾ ਹੀ ਹਮੇਸ਼ਾ ਤੇਰੇ ਨਾਮ ਹੀ ਨਾਮ ਨੂੰ, ਭਾਵ ਕੇਵਲ ਦੇ ਕੇਵਲ ਤੇਰੇ ਨਾਮ ਨੂੰ ਹੀ ਧਿਆਉਂਦੇ ਆਰਾਧਦੇ ਰਹੀਏ। ਇਹੋ ਮਨ ਨਾਮੇ ਰਾਤਾ, ਕਿਉਂਕਿ ਸਾਡਾ ਇਹ ਮਨ ਤੇਰੇ ਨਾਮ ਵਿੱਚ ਹੀ ਰੰਗਿਆ ਹੋਇਆ ਹੈ ਵਾਹਿਗੁਰੂ ਹਰ ਸਮੇਂ। ਨਾਮੇ ਰਾਤਾ ਪਵਿੱਤ ਸਰੀਰਾ, ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਹੋਇਆ ਹੈ ਉਹ ਸਰੀਰ ਪਵਿੱਤਰ ਹੈ, ਕਿਸੇ ਤਰ੍ਹਾਂ ਦੀ ਵਿਕਾਰਾਂ ਦੀ ਉਹਨੂੰ ਮੈਲ ਨਹੀਂ ਲੱਗਦੀ। ਬਿਨ ਨਾਵੇ ਡੂਬ ਮੂਏ ਬਿਨ ਨੀਰਾ, ਬਿਨ ਨਾਵੈ ਡੂਬ ਮੋਏ ਬਿਨ ਨੀਰਾ, ਜਿਹੜੇ ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ ਨੇ ਨਾ ਡੂਬ ਮੋਏ, ਉਹ ਡੁੱਬ ਮਰੇ ਨੇ ਬਿਨ ਨੀਰਾ। ਨੀਰਾ ਨਾਮ ਹੈ ਪਾਣੀ ਦਾ, ਕਹਿੰਦੇ ਬਿਨਾਂ ਪਾਣੀ ਤੋਂ ਹੀ, ਪ੍ਰਤੱਖ ਪਾਣੀ ਨਹੀਂ, ਪਦਾਰਥਾਂ ਦੇ ਮੋਹ ਰੂਪੀ ਪਾਣੀ 'ਚ ਡੁੱਬ ਕੇ ਮਰ ਗਏ ਨੇ, ਭਾਵ ਗਰਕ ਹੋ ਗਏ ਹਨ। ਆਵੇ ਜਾਵੇ ਨਾਮ ਨਹੀਂ ਬੂਝੈ, ਉਹ ਸੰਸਾਰ 'ਚ ਮਹਾਰਾਜ ਸਾਹਿਬ ਜੀ ਕਹਿੰਦੇ ਆਉਂਦੇ ਨੇ ਫਿਰ ਜਾਵੇ ਜਾਂਦੇ ਨੇ, ਭਾਵ ਜੰਮਦੇ ਅਤੇ ਮਰਦੇ ਰਹਿੰਦੇ, ਨਾਮ ਨਹੀਂ ਬੂਝੈ। ਪਰ ਪਰਮੇਸ਼ਰ ਦਾ ਨਾਮ ਜਪਣਾ ਗੁਰਾਂ ਪਾਸੋਂ ਬੁੱਝਦੇ ਸਮਝਦੇ ਹੀ ਨਹੀਂ ਹਨ। ਇੱਕ ਨਾ ਗੁਰਮੁਖ ਸ਼ਬਦ ਪਛਾਤਾ, ਇੱਕ ਨਾ ਕਈ ਜਿਹੜੇ ਗੁਰਮੁਖ ਨੇ ਨਾ ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਪਛਾਤਾ ਪਛਾਨਣਾ ਕੀਤਾ ਹੈ ਵੀ ਸਾਡੇ ਕਲਿਆਣਕਾਰੀ ਹੈ ਮਹਾਰਾਜ ਦੀ ਬਾਣੀ, ਸਾਡੇ ਭਲੇ ਵਾਲਾ ਵਚਨ ਹੈ। ਉਹਨਾਂ ਦਾ ਜੰਮਣ ਮਰਨ ਮੁੱਕ ਗਿਆ ਉਹ ਨਾਮ ਪ੍ਰਾਪਤ ਕਰਕੇ। ਪੂਰੇ ਸਤਿਗੁਰ ਬੂਝ ਬੁਝਾਈ, ਪੂਰੇ ਸਤਿਗੁਰ ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੂਝ ਇਹ ਸਮਝ ਬੁਝਾ ਦਿੱਤੀ, ਇਹ ਸਿੱਖਿਆ ਜਣਾ ਦਿੱਤੀ ਹੈ। ਮਿਣ ਨਾਵੇ ਮੁਕਤ ਕਿਨੈ ਨਾ ਪਾਈ, ਇਹ ਸਿੱਖਿਆ ਮਹਾਰਾਜ ਨੇ ਸਮਝਾਈ ਵੀ ਵਿਣ ਨਾਵੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ, ਸਿਮਰਨ ਅਭਿਆਸ ਕੀਤੇ ਤੋਂ ਬਗੈਰ ਕਿਸੇ ਨੇ ਮੁਕਤੀ ਨਹੀਂ ਪਾਉਣਾ ਕੀਤੀ। ਨਾਮੇ ਨਾਮ ਮਿਲੈ ਵਡਿਆਈ, ਜਿਸ ਪੁਰਖ ਨੂੰ ਨਾਮੈ ਨਾਮ, ਨਾਮੀ ਪ੍ਰਭੂ ਦੇ ਨਾਮ ਜਪਣ ਦੀ ਵਡਿਆਈ ਸੋਭਾ ਗੁਰਾਂ ਦੁਆਰਾ ਮਿਲ ਜਾਂਦੀ ਹੈ। ਸਹਿਜ ਰਹਿ ਰੰਗ ਰਾਤਾ, ਉਹ ਸਹਿਜੇ ਹੀ ਹਰ ਸਮੇਂ ਸੁਭਾਵਕ ਸੁਧੇ ਸਿੱਧ ਵਾਹਿਗੁਰੂ ਦੇ ਨਾਮ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਰਹਿੰਦਾ ਹੈ। ਕਾਇਆ ਨਗਰ ਟਹਿ ਟਹਿ ਢੇਰੀ, ਕਾਇਆ ਨਗਰ ਇਹ ਕਾਇਆ ਸਾਧ ਸੰਗਤ ਜੋ ਸਾਡੀ ਜੋ ਸਰੀਰ ਰੂਪੀ ਨਗਰ ਸ਼ਹਿਰ ਹੈ, ਢਹਿ ਇਹ ਪਿੱਛੇ ਵੀ ਢਹਿੰਦਾ ਹੀ ਆਇਆ ਭਾਵ ਨਾਸ ਹੁੰਦਾ ਆਇਆ, ਢਹੇ
ਹੁਣ ਵੀ ਡਿੱਗ ਕੇ ਮਹਾਰਾਜ ਕਹਿੰਦੇ ਢੇਰੀ ਹੀ ਹੋ ਜਾਵੇਗਾ ਜਾਂ ਢਹਿ ਢਹੇ ਢੇਰੀ ਢਹਿ ਢਹਿ ਕੇ ਅਖੀਰ ਮਿੱਟੀ ਦੀ ਸਵਾਦ ਹੀ ਢੇਰੀ ਹੀ ਹੋ ਜਾਂਦਾ ਏ। ਬਿਨ ਸ਼ਬਦ ਹੈ ਚੁੱਕੈ ਨਹੀਂ ਫੇਰੀ, ਜਿੰਨਾ ਚਿਰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਨਹੀਂ ਕਰਦੇ, ਕਮਾਈ ਕੀਤੇ ਤੋਂ ਬਗੈਰ ਚੁੱਕੈ ਨਹੀਂ ਫੇਰੀ। 84 ਲੱਖ ਜੂਨਾਂ ਦੀ ਫੇਰੀ ਘੁੰਮਣ ਘੇਰੀ ਚੁੱਕਦੀ ਹੋਈ ਨਹੀਂ ਮੁੱਕਦੀ ਹੋਈ ਨਹੀਂ ਹੈ, ਭਾਵ ਕੇ ਆਵਾਗਮਨ ਬਣਿਆ ਰਹਿੰਦਾ ਹੈ। ਸਾਚ ਸਲਾਹੇ ਸਾਚ ਸਮਾਵੈ, ਸਾਚ ਸਲਾਹੇ ਸਾਚ ਸਮਾਵੈ। ਮਹਾਰਾਜ ਕਹਿੰਦੇ ਇਸ ਕਰਕੇ ਨਾ ਸੱਚੇ ਨਾਮ ਨੂੰ ਹੀ ਸਲਾਉਂਦਾ ਹੈ ਜਿਹੜਾ ਗੁਰਮੁਖ, ਸਾਜ ਸਮਾਵੈ ਉਹ ਸੱਚੇ ਨਾਮ ਪਰਮੇਸ਼ਰ ਦੇ ਵਿੱਚ ਹੀ ਜਪਦਿਆਂ ਹੋਇਆਂ ਨਾਮੀ ਵਿੱਚ ਹੀ ਸਮਾ ਜਾਂਦਾ ਹੈ ਗੁਰਮੁਖ। ਜਿਨ ਗੁਰਮੁਖ ਏਕੋ ਜਾਤਾ, ਜਿਹਨਾਂ ਗੁਰਮੁਖਾਂ ਜਨਾਂ ਨੇ ਗੁਰਾਂ ਦੁਆਰਾ ਇੱਕ ਪਰਮੇਸ਼ਰ ਨੂੰ ਹੀ ਸਾਰਿਆਂ 'ਚ ਵੱਸਦਾ ਹੋਇਆ ਜਾਤਾ ਜਾਣ ਲਿਆ ਹੈ, ਉਹ ਮਹਾਰਾਜ ਕਹਿੰਦੇ ਸੱਚ ਹੀ ਸਲਾਉਂਦੇ ਨੇ ਤੇ ਸੱਚ 'ਚ ਸਮਾਉਂਦੇ ਹਨ। ਜਿਸਨੋ ਨਦਰ ਕਰੇ ਸੋ ਪਾਏ, ਜਿਸ ਨੋ ਨਦਰ ਕਰੇ ਸੋ ਪਾਏ, ਜਿਨ੍ਹਾਂ ਉੱਤੇ ਪਰਮੇਸ਼ੁਰ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹ ਸਾਧ ਸੰਗਤ ਗੁਰਾਂ ਦੁਆਰਾ ਨਾਮ ਅੰਮ੍ਰਿਤ ਪਾਉਂਦਾ ਏ। ਸੱਚਾ ਸ਼ਬਦ ਵਸੈ ਮਨ ਆਏ, ਫਿਰ ਉਹਦੇ ਅੰਦਰ ਆ ਕੇ ਨਾ ਸੱਚਾ ਜੋ ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਹੈ ਉਹਨਾਂ ਦੇ ਮਨ ਦੇ ਅੰਦਰ ਹਿਰਦੇ ਦੇ ਵਿੱਚ ਆ ਕੇ ਵੱਸ ਜਾਂਦਾ ਹੈ, ਭਾਵ ਕਿ ਉਹ ਗੁਰੂ ਦੀ ਸਿੱਖਿਆ ਨੂੰ ਪੱਲੇ ਬੰਨ੍ਹ ਲੈਂਦੇ ਹਨ। ਨਾਨਕ ਨਾਮ ਰਤੇ ਨਿਰੰਕਾਰ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਨੇ ਨਾ, ਨਾਨਕ ਨਾਮ ਰਤੇ ਨਿਰੰਕਾਰੀ, ਉਹ ਨਿਰੰਕਾਰੀ ਨੇ। ਨਿਰੰਕਾਰ ਜੋ ਆਕਾਰਾਂ ਤੋਂ ਰਹਿਤ ਪਰਮੇਸ਼ਰ ਹੈ, ਮਾਇਕੀ ਆਕਾਰ ਕੋਈ ਨਹੀਂ ਹੈ, ਉਹਦਾ ਹੀ ਸਰੂਪ ਨੇ ਜਾਂ ਉਹਦੇ ਸੇਵਕ ਬਣ ਗਏ ਹਨ ਜਿਹੜੇ ਨਾਮ ਵਿੱਚ ਰੰਗੇ ਨੇ। ਦਰ ਸੱਚ ਹੈ ਸਾਚ ਪਛਾਤਾ, ਉਹਨਾਂ ਨੇ ਮਹਾਰਾਜ ਜੀ ਕਹਿੰਦੇ ਵੀ ਦਰ ਸੱਚ ਹੈ, ਸੱਚਾ ਦਰ ਹੈ ਸਾਧ ਸੰਗਤ, ਇਸ ਦਰਵਾਜ਼ੇ ਦੇ ਰਾਹੀਂ ਸਾਚ ਪਛਾਤਾ ਹੈ, ਜੋ ਸੱਚਾ ਹੈ ਪਰਮੇਸ਼ਰ ਉਹਨੂੰ ਪਛਾਣਨਾ ਕੀਤਾ ਹੈ, ਉਹਨੂੰ ਸਾਰਿਆਂ 'ਚ ਵੱਸਦਾ ਹੋਇਆ ਜਾਣ ਲਿਆ ਹੈ। ਕਿਹਨਾਂ ਨੇ ਜਾਣਿਆ ਹੈ? ਜਿਹੜੇ ਸਿਮਰਨ ਕਰਦੇ ਨੇ, ਜਿਹੜੇ ਨਾਮ ਜਪਦੇ ਨੇ, ਜਿਹੜੇ ਸੰਗਤ ਨਾਲ ਮਿਲਦੇ ਨੇ ਤੇ ਕਹਿੰਦੇ ਹਨ ਵਾਹਿਗੁਰੂ 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 ਵਾਹਿ
ਹੈ ਕਹਿੰਦੇ ਜਿਹੜੇ ਸੱਚੇ ਸਾਧ ਸੰਗਤ ਰੂਪੀ ਦਰ 'ਤੇ ਨਾਮ ਜਪਦੇ ਉਹਨਾਂ ਸੱਚ ਨੂੰ ਪਛਾਣ ਲਿਆ ਹੈ। ਗੁਰਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣੀ ਆ। ਉਹ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਜਿਸ ਨੌ ਨਦਰ ਕਰੇ ਸੋ ਪਾਏ, ਸਾਚਾ ਸ਼ਬਦ ਵਸੈ ਮਨ ਆਏ, ਨਾਨਕ ਨਾਮ ਰਤੇ ਨਿਰੰਕਾਰੀ, ਦਰ ਦਰ ਸਾਚੈ ਸਾਚ ਪਛਾਤਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।